ਆਪ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹ ਦੀ। ਓਲ ਨੇਸ਼ਨ ਚਰਚ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਦੇ ਹਾਂ, ਜੀ ਆਇਆਂ ਆਖਦੇ ਹਾਂ, ਸਵਾਗਤ ਕਰਦੇ ਹਾਂ। ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਆਪਾਂ ਨੂੰ ਇੱਕ ਹੋਰ ਮੌਕਾ ਬਖਸ਼ਿਆ ਆ ਕਿ ਆਪਾਂ ਪਰਮੇਸ਼ਰ ਦੀ ਤਾਰੀਫ ਅਤੇ ਵਡਿਆਈ ਅਤੇ ਉਹਦੀ ਮਹਿਮਾ ਕਰ ਸਕਦੇ ਹਾਂ, ਉਹਦੀ ਜੈ ਜੈਕਾਰ ਕਰ ਸਕਦੇ ਹਾਂ। ਇਸ ਲਈ ਉਹਨੇ ਆਪਾਂ ਨੂੰ ਚੁਣਿਆ ਆ ਕਿ ਆਪਾਂ ਤੁਰਦੇ ਫਿਰਦੇ ਉੱਠਦੇ ਬਹਿੰਦੇ ਪ੍ਰਭੂ ਯੇਸੂ ਰਾਜਾ ਦੀ ਜੈ ਜੈਕਾਰ ਕਰੀਏ, ਉਹਦੇ ਨਾਮ ਦੀ ਵਡਿਆਈ ਕਰੀਏ, ਉਹਦੇ ਨਾਮ ਨੂੰ ਉੱਚਾ ਕਰੀਏ। ਆਪਾਂ ਸਾਰਿਆਂ ਨੇ ਰਲ ਕੇ ਪ੍ਰਭੂ ਦੀ ਤਾਰੀਫ ਅਤੇ ਵਡਿਆਈ ਦੇ ਵਿੱਚ ਭਜਨ ਕੀਰਤਨ ਕਰਨਾ ਆ। ਅੱਜ ਦਾ ਗਾਉਣਾ ਵਜਾਉਣਾ ਜਿਹੜਾ, ਜਦੋਂ ਪਰਮੇਸ਼ਰ ਦੇ ਹਜ਼ੂਰ ਪਹੁੰਚਣਾ ਅਤੇ ਉੱਪਰੋਂ ਸਵਰਗ ਤੋਂ ਥੱਲੇ ਜੋ ਧਰਤੀ 'ਤੇ ਆਉਣਾ, ਘਰਾਂ ਦੇ ਵਿੱਚ ਆਉਣਾ ਆ, ਅਤੇ ਤੁਸੀਂ ਦੇਖੋ ਆਸ਼ੀਸ਼ ਅਤੇ ਬਰਕਤ ਪਾਓਗੇ। ਤੁਸੀਂ ਸਾਡੇ ਨਾਲ ਗਾਉਣਾ ਆ, ਸਾਡੇ ਨਾਲ ਗਾ ਕੇ ਆਨੰਦ ਸ਼ਾਂਤੀ ਖੁਸ਼ੀ ਪਾ ਕੇ ਸਾਰਿਆਂ ਨੇ ਇੱਦਾਂ ਹੀ ਗਾਉਣਾ ਆ, ਰੂਹ ਸੱਚਾਈ ਦੇ ਨਾਲ। ਸੋ ਆਓ ਸਾਰੇ ਰਲ ਕੇ ਪ੍ਰਭੂ ਦੀ ਤਾਰੀਫ ਅਤੇ ਵਡਿਆਈ ਦੇ ਵਿੱਚ ਜੁੜੀਏ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਇਹ ਗੀਤ ਗਾਉਂਦੇ ਹਾਂ, ਤੋਬਾ ਤੂੰ ਕਰ ਲੈ ਬੰਦਿਆ, ਸੁੱਖ ਦੇ ਦਿਨ ਆ ਜਾਣਗੇ। ਜਦੋਂ ਆਪਾਂ ਪਾਪਾਂ ਤੋਂ ਤੋਬਾ ਕਰਦੇ ਹਾਂ, ਬੁਰੇ ਕੰਮਾਂ ਤੋਂ ਤੋਬਾ ਕਰਦੇ ਹਾਂ, ਤਾਂ ਪਰਮੇਸ਼ੁਰ ਆਪਣੇ ਉੱਤੇ ਸੁੱਖ ਦੇ ਦਿਨ ਲਿਆਉਂਦਾ, ਆਪਾਂ ਨੂੰ ਆਨੰਦ ਸ਼ਾਂਤੀ ਖੁਸ਼ੀ ਦੇ ਨਾਲ ਭਰ ਦਿੰਦਾ ਆ। ਸੋ ਆਓ ਸਾਰੇ ਰਲ ਕੇ ਇਸ ਗੀਤ ਦੇ ਨਾਲ ਪ੍ਰਭੂ ਦੀ ਤਾਰੀਫ ਕਰੀਏ, ਵਡਿਆਈ ਕਰੀਏ। ਹਾਲੇਲੂਇਆ।
सब
ਤੇ ਉੱਚਾ ਨਾਮ ਹੈ ਤੇਰਾ, ਸਭ ਤੇ ਉੱਚਾ ਨਾਮ ਹੈ ਤੇਰਾ, ਵਿੱਚ ਸਵਰਗੀ ਤੇਰਾ ਬਸੇਰਾ, ਵਿੱਚ ਸਵਰਗੀ ਤੇਰਾ ਬਸੇਰਾ, ਜਪੀਏ ਸ਼ਾਮ ਸਵੇਰੇ, ਗੁਣ ਗਾ ਮੈਂ ਤੇਰੇ ਯਸੂ ਜੀ, ਗੁਣ ਗਾ ਮੈਂ ਤੇਰੇ, ਗੁਣ ਗਾ ਮੈਂ ਤੇਰੇ ਯਸੂ ਜੀ, ਗੁਣ ਗਾ ਮੈਂ ਤੇਰੇ, ਗਾਉਂਦਾ ਸੁਣਦਾ ਤੇਰੀ ਬਾਣੀ, ਗਾਉਂਦਾ ਸੁਣਦਾ ਤੇਰੀ ਬਾਣੀ, ਦੁੱਖ ਮਿਟ ਜਾਣ ਬਥੇਰੇ, ਗੁਣ ਗਾ ਮੈਂ ਤੇਰੇ ਯਸੂ ਜੀ, ਗੁਣ ਗਾ ਮੈਂ ਤੇਰੇ, ਗੁਣ ਗਾ ਮੈਂ ਤੇਰੇ ਯਸੂ ਜੀ, ਗੁਣ ਗਾ ਮੈਂ ਤੇਰੇ, ਜੋ ਵੀ ਯਸੂ ਦੀ ਸ਼ਰਨ ਚ ਆਵੇ, ਜੋ ਵੀ ਯਸੂ ਦੀ ਸ਼ਰਨ ਚ ਆਵੇ, ਛਟਕਾਰਾ ਪਾਵੇ, ਪਾਪਾਂ ਤੋਂ ਛਟਕਾਰਾ ਪਾਵੇ, ਪਾਪਾਂ ਤੋਂ ਛਟਕਾਰਾ ਪਾਵੇ, ਪਾਪਾਂ ਤੋਂ ਛਟਕਾਰਾ ਪਾਵੇ, ਹੁੰਦ ਜ਼ਿੰਦਗੀ ਦਾ ਦੂਰ ਹਨੇਰੇ, ਹੁੰਦ ਜ਼ਿੰਦਗੀ ਦਾ ਦੂਰ ਹਨੇਰੇ, ਗੁਣ ਗਾ ਮੈਂ ਤੇਰੇ ਯਸੂ ਜੀ, ਗੁਣ ਗਾ ਮੈਂ ਤੇਰੇ, ਗੁਣ ਗਾ ਮੈਂ ਤੇਰੇ ਯਸੂ ਜੀ, ਗੁਣ ਗਾ ਮੈਂ ਤੇਰੇ, ਤੇਰਾ ਸਦਾ ਜਪਦੇ ਰਹਿਣਾ, ਨਾਮ ਸਦਾ ਤੇਰਾ ਜਪਦੇ ਰਹਿਣਾ, ਇਹੋ ਹੈ ਸਾਡੀ ਜ਼ਿੰਦਗੀ ਦਾ ਗਹਿਣਾ, ਇਹੋ ਹੈ ਸਾਡੀ ਜ਼ਿੰਦਗੀ ਦਾ ਗਹਿਣਾ, ਯਸੂ ਰਹਿੰਦਾ ਸਾਡੇ ਚਾਰ ਸਵੇਰੇ, ਯਸੂ ਰਹਿੰਦਾ ਸਾਡੇ ਚਾਰ ਸਵੇਰੇ, ਗੁਣ ਗਾ ਮੈਂ ਤੇਰੇ ਯਸੂ ਜੀ, ਗੁਣ ਗਾ ਮੈਂ ਤੇਰੇ, ਗੁਣ ਗਾ ਮੈਂ ਤੇਰੇ ਯਸੂ ਜੀ, ਗੁਣ ਗਾ ਮੈਂ ਤੇਰੇ, ਗੁਣ ਗਾ ਮੈਂ ਤੇਰੇ ਯਸੂ ਜੀ, ਗੁਣ ਗਾ ਮੈਂ ਤੇਰੇ, ਗੁਣ ਗਾ ਮੈਂ ਧੰਨਵਾਦ ਯੇਸੂ ਦਾ, 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 ਧੰਨਵਾਦ
ਧੰਨਵਾਦ ਯੇਸ਼ੂ ਦਾ, ਧੰਨਵਾਦ ਯੇਸ਼ੂ ਦਾ, ਧੰਨਵਾਦ ਯੇਸ਼ੂ ਦਾ। ਯੇਸ਼ੂ ਸਾਡਾ ਮੁਕਤੀ ਦਾਤਾ, ਉਸਨੂੰ ਸਦਾ ਧਿਆਈਏ, ਉਸਨੂੰ ਸਦਾ ਧਿਆਈਏ। ਉਹਦੇ ਨਾਮ ਦੀ ਬੰਦਗੀ ਕਰੀਏ, ਨਾ ਉਸ ਤੋਂ ਸ਼ਰਮਾਈਏ, ਨਾ ਉਸ ਤੋਂ ਸ਼ਰਮਾਈਏ। ਉਹਦੇ ਨਾਮ ਦੀ ਬੰਦਗੀ ਕਰੀਏ, ਨਾ ਉਸ ਤੋਂ ਸ਼ਰਮਾਈਏ, ਨਾ ਉਸ ਤੋਂ ਸ਼ਰਮਾਈਏ। ਧੰਨਵਾਦ ਯੇਸ਼ੂ ਦਾ, ਧੰਨਵਾਦ ਯੇਸ਼ੂ ਦਾ, ਧੰਨਵਾਦ ਯੇਸ਼ੂ ਦਾ। ਯੇਸ਼ੂ ਨੇ ਸਾਰੇ ਮੁਫਤ ਕਰਾਏ, ਸਾਰੇ ਮੁਫਤ ਕਰਾਏ। ਪਾਪਾਂ ਦੇ ਵਿੱਚ ਜਕੜ ਯੇਸ਼ੂ ਨੇ ਸਾਰੇ ਮੁਫਤ ਕਰਾਏ, ਸਾਰੇ ਮੁਫਤ ਕਰਾਏ। ਧੰਨਵਾਦ ਯੇਸ਼ੂ ਦਾ, ਧੰਨਵਾਦ ਯੇਸ਼ੂ ਦਾ, ਧੰਨਵਾਦ ਯੇਸ਼ੂ ਦਾ, ਧੰਨਵਾਦ ਯੇਸ਼ੂ ਦਾ। ਬਚ ਜਾਏਗਾ ਸੋਈ, ਯੇਸ਼ੂ ਨਾਮ ਦੀ ਬੰਦਗੀ ਕਰਦਾ ਬਚ ਜਾਏਗਾ ਸੋਈ, ਬਚ ਜਾਏਗਾ ਸੋਈ। ਧੰਨਵਾਦ ਯੇਸ਼ੂ ਦਾ, 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 ਧੰਨਵਾਦ।
ਕਿਹਾ ਪਾਪੀ ਕੋਈ ਵਿੱਚ ਨਾ ਜਹਾਨ ਦੇ ਤੇਰੇ ਜਿਹਾ ਯੇਸੂ ਕੋਈ ਤਾਰ ਭਗਤਾਂ ਪਿਆਰਿਆਂ ਨੂੰ ਰੰਗਾਂ ਵਿੱਚ ਰੰਗਦਾ ਤੇਰੇ ਨਾਮ ਨੂੰ ਮੈਂ ਦਿਲ ਚ ਬਸਾ ਲਿਆ ਗਾਲੇ ਨਾਲ ਲਾ ਲਓ ਯੇਸੂ ਜੀ ਤੇਰੇ ਨਾਮ ਨੂੰ ਮੈਂ ਦਿਲ ਚ ਬਸਾ ਲਿਆ ਗਾਲੇ ਨਾਲ ਲਾ ਲਓ ਯੇਸੂ ਜੀ ਨਾਲ ਜੀ ਲਾ ਲਓ ਯੇਸੂ ਜੀ ਗਾਣੇ ਨਾਲ
ਕਰ ਬਪਤਿਸਮਾ ਪਾ ਲੈ ਦਿੰਦੀ ਅਨੀਲ ਗਵਾਹੀ ਤੋਬਾ ਕਰ ਬਪਤਿਸਮਾ ਪਾ ਲੈ ਦਿੰਦੀ ਅਨੀਲ ਗਵਾਹੀ ਮਿੱਤਰ ਯਾਰਾਂ ਭੈਣ ਭਰਾ ਮਾਂ ਦੋ ਦਿਨ ਦੀ ਰਚਨਾਈ ਮਿੱਤਰ ਯਾਰਾਂ ਭੈਣ ਭਰਾ ਮਾਂ ਦੋ ਦਿਨ ਦੀ ਰਚਨਾਈ ਕਿਸੇ ਨੂੰ ਤੇਰੇ ਕੰਮ ਨਹੀਂ ਆਉਣਾ ਕਿਸੇ ਨੂੰ ਤੇਰੇ ਕੰਮ ਨਹੀਂ ਆਉਣਾ ਲਵੇਂ ਬਮਤਾ ਫੋੜ ਮੋਸੋ ਪਾਪੀ ਵੰਡਿਆ ਝੂਠੀ ਪੀਣੀ ਛੱਡਦੇ ਬੰਦਿਆ ਪੀ ਲੈ ਨਾਮ ਅਲਾਹੀ ਝੂਠੀ ਪੀਣੀ ਛੱਡਦੇ ਬੰਦਿਆ ਪੀ ਲੈ ਨਾਮ ਅਲਾਹੀ ਇਹ ਸਾਖੀਏ ਸੱਚੇ ਪ੍ਰੇਮ ਦੀ ਰੱਬ ਨੇ ਮੋਹਰ ਲਗਾਈ ਇਹ ਸਾਖੀਏ ਸੱਚੇ ਪ੍ਰੇਮ ਦੀ ਰੱਬ ਨੇ ਮੋਹਰ ਲਗਾਈ ਜਿਹੜਾ ਯੇਸੂ ਕੋਲੋਂ ਪੀਂਦਾ ਜਿਹੜਾ ਯੇਸੂ ਕੋਲੋਂ ਪੀਂਦਾ ਦਿੰਦਾ ਪਹਿਲੀ ਤੋੜ ਮੁੱਖ ਪਾਪੀ ਬੰਦਿਆ ਉਹਨਾਂ ਦੇ ਵੱਲੋਂ ਮੋੜ ਮੁੱਖ ਪਾਪੀ ਬੰਦਿਆ ਉਹਨਾਂ ਦੇ ਵੱਲੋਂ ਮੋੜ ਆਪਣੇ ਹੱਥੀ ਕਬਰ ਬਣਾ ਕੇ ਆਪੇ ਮੱਥਾ ਟੇਕੇ ਆਪਣੇ ਹੱਥੀ ਕਬਰ ਬਣਾ ਕੇ ਆਪੇ ਮੱਥਾ ਟੇਕੇ ਜਿਸ ਮਾਲਕ ਨੇ ਸਾਜਿਆ ਤੈਨੂੰ ਉਹਦੇ ਵੱਲ ਨਾ ਵੇਖੇ ਜਿਸ ਮਾਲਕ ਨੇ ਸਾਜਿਆ ਤੈਨੂੰ ਉਹਦੇ ਵੱਲ ਨਾ ਵੇਖੇ ਯੇਸੂ ਰਾਜਾ ਆਵਣ ਵਾਲਾ ਯੇਸੂ ਰਾਜਾ ਆਵਣ ਵਾਲਾ ਨਾ ਕੋਈ ਦੂਜਾ ਹੋਰ ਮੋਸਮ ਪਾਪੀ ਬੰਦਿਆ ਖਾਂਦਾ ਅੰਨੇ ਬੋਲੇ ਨੂੰ ਤੂੰ ਪੀਜੇ ਨਾ ਉਹ ਕਿੰਦਾ ਖਾਂਦਾ ਅੰਨਾ ਬੋਲਾ ਉਹ ਵੀ ਲੋਕੋ ਜੋ ਉਹਦੇ ਵੱਲ ਜਾਂਦਾ ਅੰਨਾ ਬੋਲਾ ਉਹ ਵੀ ਲੋਕੋ ਜੋ ਉਹਦੇ ਵੱਲ ਜਾਂਦਾ ਜਿਨ੍ਹਾਂ ਨੂੰ ਤੂੰ ਰੱਬ ਮੰਨ ਬੈਠਾ ਜਿਨ੍ਹਾਂ ਨੂੰ ਤੂੰ ਰੱਬ ਮੰਨ ਬੈਠਾ ਸਾਰੇ ਡਾਕੂ ਚੋਰ ਮੁੱਖ ਪਾਪੀ ਬੰਦਿਆ ਉਹਨਾਂ ਦੇ ਵੱਲੋਂ ਮੋੜ ਮੁੱਖ ਪਾਪੀ ਬੰਦਿਆ
ਬੰਦਿਆ ਭੈਣੀ ਜੱਸੂ ਜੀ ਦੀ ਲੋੜ ਕਰ ਲੈ ਤੋਬਾ ਬੰਦਿਆ ਭੈਣੀ ਜੱਸੂ ਜੀ ਦੀ ਲੋੜ ਕਰ ਲੈ ਤੋਬਾ ਬੰਦਿਆ ਭੈਣੀ ਜੱਸੂ ਜੀ ਦੀ ਲੋੜ ਕਰ ਲੈ ਤੋਬਾ ਬੰਦਿਆ ਭੈਣੀ ਜੱਸੂ ਜੀ ਦੀ ਲੋੜ ਕਰ ਲੈ ਤੋਬਾ ਬੰਦਿਆ ਭੈਣੀ ਜੱਸੂ ਜੀ ਦੀ ਲੋੜ। ਹੁਣ ਅਸੀਂ ਚੱਲੇ ਛੋਟੀ ਜਿਹੀ ਬ੍ਰੇਕ 'ਤੇ, ਤਾਂ ਤੁਸੀਂ ਦੂਰ ਕਿਤੇ ਜਾਣਾ ਨਹੀਂ, ਅਸੀਂ ਬਹੁਤ ਜਲਦੀ ਵਾਪਸ ਆ ਰਹੇ ਹਾਂ। ਆਮੇਨ। ਬ੍ਰੇਕ ਤੋਂ ਬਾਅਦ ਆਪ ਸਾਰਿਆਂ ਨੂੰ ਇੱਕ ਵਾਰ ਫਿਰ ਅਸੀਂ ਪਿਆਰ ਭਰੀ ਜੈ ਮਸੀਹ ਦੀ ਆਖਦੇ ਹਾਂ, ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਾਂ। ਤਾਂ ਪਰਮੇਸ਼ਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਜ ਸਾਨੂੰ ਉਹਨੇ ਮੌਕਾ ਦਿੱਤਾ ਕਿ ਆਪਾਂ ਉਹਦੀ ਪਵਿੱਤਰ ਬਾਈਬਲ ਨੂੰ ਪੜ੍ਹ ਸਕਦੇ ਹਾਂ, ਸੁਣ ਸਕਦੇ ਹਾਂ, ਉਹਦੇ 'ਤੇ ਅਮਲ ਕਰ ਸਕਦੇ ਹਾਂ ਅਤੇ ਉਹਦੇ ਵਿੱਚੋਂ ਸਿੱਖ ਸਕਦੇ ਹਾਂ। ਪ੍ਰਭੂ ਦੇ ਨਾਮ ਦੀ ਤਾਰੀਫ ਹੋ, ਪ੍ਰਭੂ ਦੇ ਨਾਮ ਦੀ ਵਡਿਆਈ ਹੋ, ਹਾਲੇਲੂਇਆ। ਸੋ ਆਪਣੇ ਕੋਲ ਪਾਸਟਰ ਪ੍ਰੇਮ ਜੀ ਆ ਚੁੱਕੇ ਆ, ਅਤੇ ਆਪਾਂ ਇਹਨਾਂ ਨੂੰ ਵੈਲਕਮ ਕਰਦੇ ਹਾਂ
ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਬੜੀ ਦੇਰ ਬਾਅਦ ਇਹ ਆਏ ਆ ਅਤੇ ਆਪਾਂ ਇਹਨਾਂ ਨੂੰ ਵੈਲਕਮ ਕਰਦੇ ਹਾਂ ਅਤੇ ਪਾਸਟਰ ਪ੍ਰੇਮ ਜੀ ਕਾਂਛੀ ਟੀਵੀ ਦੇ ਸਟੂਡੀਓ 'ਚ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਜੀ, ਆਖਦੇ ਹਾਂ ਅਤੇ ਅੱਜ ਭੈਣਾਂ ਭਰਾਵਾਂ ਨੂੰ ਤੁਸੀਂ ਕੀ ਸੁਨੇਹਾ ਲੈ ਕੇ ਆਇਓ? ਆਮੀਨ। ਥੈਂਕ ਯੂ ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਭ ਨੂੰ ਇੱਕ ਵਾਰੀ ਫਿਰ ਪ੍ਰਭੂ ਦੀ ਮਹਿਮਾ ਉਹਦੇ ਜਲਾਲ ਦੇ ਲਈ ਉਹਦਾ ਧੰਨਵਾਦ ਕਰਦੇ ਹਾਂ ਕਿ ਉਸ ਦੀ ਕਿਰਪਾ ਸਭਨਾਂ ਦੇ ਉੱਤੇ ਹਮੇਸ਼ਾ ਬਣੀ ਰਹਿੰਦੀ ਹੈ। ਆਮੀਨ। ਕਾਂਛੀ ਟੀਵੀ ਦੇ ਸਾਰੇ ਨੁਮਾਇੰਦਿਆਂ ਦੇ ਲਈ ਵੀ ਅਸੀਂ ਸ਼ੁਕਰ ਕਰਦੇ ਹਾਂ ਜਿਸ ਦੇ ਵਸੀਲੇ ਦੇ ਰਾਹੀਂ ਪ੍ਰਭੂ ਦਾ ਵਚਨ ਦੁਨੀਆ ਦੇ ਬੰਨੇ ਤੱਕ ਪਹੁੰਚਦਾ ਹੈ। ਆਮੀਨ, ਹਾਲੇਲੂਇਆ। ਔਰ ਸਾਨੂੰ ਬਹੁਤ ਸਾਰੇ ਲੋਕ ਕਾਲ ਕਰਕੇ ਵੀ ਦੱਸਦੇ ਨੇ ਕਿ ਵਚਨ ਨੂੰ ਅਸੀਂ ਸੁਣਿਆ ਹੈ, ਔਰ ਪ੍ਰਭੂ ਦਾ ਸ਼ੁਕਰ ਕਰਦੇ ਹਾਂ ਕਿ ਸੁਣਿਆ ਹੈ ਅਤੇ ਤੁਸੀਂ ਉਸ ਦੇ ਉੱਤੇ ਚੱਲਣ ਵੀ ਲੱਗ ਗਏ ਹੋ। ਇਹਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਹਾਂ। ਔਰ ਭਾਈ ਗੁਰਮੁਖ ਜੀ, ਧੰਨਵਾਦ ਕਰਦੇ, ਤੁਹਾਡੀ ਸਾਰੀ ਫੈਮਿਲੀ ਦਾ ਬੜੇ ਹੀ ਵਕਤ ਕੱਢ ਕੇ, ਔਰ ਸਾਰੇ ਸਾਡੇ ਮਜੀਸ਼ੀਅਨ ਜਿੰਨੇ ਵੀ ਉਹਨਾਂ ਦੇ ਸਾਰਿਆਂ ਦੇ ਲਈ ਸਾਡੀ ਦੁਆ ਹੈ ਕਿ ਪ੍ਰਭੂ ਦੀ ਸ਼ਾਂਤੀ, ਪ੍ਰਭੂ ਦੀ ਖੁਸ਼ੀ ਉਹਨਾਂ ਦੇ ਦਿਲਾਂ ਵਿੱਚ ਜਾਵੇ, ਔਰ ਜੋ ਕੁਛ ਵੀ ਅਸੀਂ ਪ੍ਰਭੂ ਦੇ ਵਾਸਤੇ ਕਰਦੇ ਹਾਂ ਉਸ ਦਾ ਫਲ, ਉਸ ਦਾ ਅਜ਼ਰ ਜਿਹੜਾ ਉਹ ਸਾਨੂੰ ਦਿੰਦਾ ਹੈ। ਅਤੇ ਸਭ ਤੋਂ ਵੱਡਾ ਅਜ਼ਰ ਸਾਡੇ ਵਾਸਤੇ ਹੈ ਕਿ ਉਹਨੇ ਸਾਨੂੰ ਮੁਕਤੀ ਦਿੱਤੀ ਹੈ, ਉਹਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਹੈ। ਅਤੇ ਪੰਜਾਬੀ ਬੋਲਣ ਵਾਲੇ ਭੈਣ ਭਾਈਆਂ ਨੂੰ ਜੋ ਉਰਦੂ ਜਾਂ ਪੰਜਾਬੀ ਬੋਲਦੇ ਨੇ ਉਹਨਾਂ ਵਾਸਤੇ ਇਹ ਕਲਾਮ ਜੋ ਹੈ, ਪ੍ਰਭੂ ਦਾ ਵਚਨ ਜੋ ਹੈ, ਪੰਜਾਬੀ ਦੇ ਵਿੱਚ ਇਸ ਕਰਕੇ ਲੈ ਕੇ ਆਉਂਦੇ ਹਾਂ ਕਿ ਬਹੁਤ ਸਾਰੇ ਭੈਣ ਭਾਈ ਜਿਹੜੇ ਪੰਜਾਬ ਤੋਂ ਹਨ ਜਾਂ ਪੰਜਾਬੀ ਬੋਲਦੇ ਹਨ ਜਾਂ ਉਰਦੂ ਵੀ ਬੋਲਦੇ ਹਨ, ਉਹਨਾਂ ਦਾ ਇਹ ਬਹੁਤ ਦਿਲ ਦੇ ਵਿੱਚ ਬੋਝ ਹੈ ਕਿ ਅਸੀਂ ਉਹਨਾਂ ਨੂੰ ਪ੍ਰਭੂ ਦੀ ਇਹ ਪਿਆਰ ਦੀ ਖੁਸ਼ਖਬਰੀ ਜਿਹੜੀ ਸੁਣਾਈਏ, ਅਤੇ ਇਹਦੇ ਲਈ ਅਸੀਂ ਬੜਾ ਧੰਨਵਾਦ ਕਰਦੇ ਹਾਂ। ਸਿੱਧੇ ਚੱਲਦੇ ਹਾਂ, ਅਸੀਂ ਵਕਤ ਨਾ ਵੇਸਟ ਕਰਦੇ ਹੋਏ ਅਸੀਂ ਪ੍ਰਭੂ ਦੇ ਵਚਨਾਂ ਦੇ ਉੱਤੇ ਚੱਲਦੇ। ਮੇਰੇ ਨਾਲ ਭਾਈ ਗੁਰਮੁਖ ਜੀ ਪੰਜਾਬੀ ਦੇ ਵਿੱਚ ਪੜ੍ਹਨਗੇ, ਔਰ ਪਹਿਲਾ ਕੁਰੰਥੀਆ ਉਹਦਾ ਦੂਸਰਾ ਬਾਬ ਜੋ ਹੈ ਉਹਦੀ 1 ਤੋਂ ਲੈ ਕੇ 5 ਤੱਕ ਪ੍ਰਭੂ ਦੇ ਵਚਨਾਂ ਦੇ ਨਾਲ ਅਸੀਂ ਸ਼ੁਰੂ ਕਰਾਂਗੇ। ਔਰ ਅੱਜ ਦਾ ਸ਼ਬਦ ਹੈ, ਅੱਜ ਦਾ ਵਚਨ ਹੈ ਪਰਮੇਸ਼ਰ ਦੀ ਸ਼ਕਤੀ ਜੋ ਸਾਨੂੰ ਉਹ ਤਾਅ ਕਰਦਾ ਹੈ, ਦ ਪਾਵਰ ਆਫ ਗਾਡ ਜਿਹੜਾ ਉਹ ਸਾਨੂੰ ਦਿੰਦਾ ਹੈ। ਉਹ ਚਾਹੁੰਦਾ ਨੇ, ਪ੍ਰਭੂ ਜੀ ਚਾਹੁੰਦੇ ਨੇ ਕਿ ਹਰ ਇੱਕ ਇਨਸਾਨ ਉਹਦੀ ਸ਼ਕਤੀ ਦੇ ਨਾਲ ਭਰਪੂਰ ਹੋ ਜਾਏ ਔਰ ਬਰਕਤ ਪਾਏ, ਇਸ ਯੋਗ ਹੋ ਜਾਏ ਕਿ ਸ਼ੈਤਾਨ ਨੂੰ ਉਹ ਹਰਾਏ ਔਰ ਪ੍ਰਭੂ ਦੇ ਕਦਮਾਂ ਵਿੱਚ ਬਣਿਆ ਰਹੇ। ਆਮੀਨ, ਹਾਲੇਲੂਇਆ। ਹਾਂਜੀ, ਬੜੀਆ, ਮਿਹਰਬਾਨੀ ਕਰਕੇ। ਪਵਿੱਤਰ ਬਾਈਬਲ ਵਿੱਚ ਇਸ ਤਰ੍ਹਾਂ ਲਿਖਿਆ ਹੈ, ਹਾਲੇਲੂਇਆ, ਹੇ ਪ੍ਰਭੂ, ਹਾਂ, ਜਾਂ ਮੈਂ ਤੁਹਾਨੂੰ ਪਰਮੇਸ਼ਰ ਦੀ ਸਾਖੀ ਦੀ ਖਬਰ ਦਿੰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਵਚਨ ਜਾਂ ਗਿਆਨ ਦੀ ਉਤਮਤਾਈ ਨਾਲ ਨਹੀਂ ਆਇਆ, ਕਿਉਂ ਜੋ ਮੈਂ ਇਹ ਠਾਣ ਲਿਆ ਭਈ ਯੇਸੂ ਮਸੀਹ ਸਗੋਂ ਸਲੀਬ ਉੱਤੇ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨਾਂ ਤੁਹਾਡੇ ਵਿੱਚ ਕਿਸੇ ਹੋਰ ਗੱਲ ਨੂੰ ਨਾ ਜਾਣਾ, ਅਤੇ ਮੈਂ ਦੁਰਬਲਤਾਈ ਅਤੇ ਭੈ ਅਤੇ ਵੱਡੇ ਕਾਂਬੇ ਨਾਲ ਤੁਹਾਡੇ ਕੋਲ ਰਹਿੰਦਾ ਹਾਂ, ਅਤੇ ਮੇਰਾ ਵਚਨ ਅਤੇ ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰੱਥਾ ਦੇ ਪ੍ਰਮਾਣ ਨਾਲ ਸੀ, ਤਾਂ ਜੋ ਤੁਹਾਡੀ ਨਿਹਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ਰ ਦੀ ਸਮਰੱਥਾ ਉੱਤੇ ਠਹਿਰੇ। ਆਮੇਨ, ਆਮੇਨ। ਪ੍ਰਭੂ ਦਾ ਵਚਨ ਹੈ ਤੁਹਾਡੇ ਦਿਲਾਂ ਵਿੱਚ ਜਾਏ ਔਰ ਤੁਹਾਨੂੰ ਸ਼ਾਂਤੀ ਦੇਵੇ, ਤੁਹਾਨੂੰ ਖੁਸ਼ੀ ਦੇਵੇ ਔਰ ਆਨੰਦ ਦੇਵੇ। ਜਦ ਸੰਤ ਪੌਲੁਸ ਜੀ ਇਹ ਵਚਨ ਸਾਡੇ ਤੱਕ ਪਹੁੰਚਾ ਰਹੇ ਨੇ, ਅਤੇ ਭਾਈ ਗੁਰਮੁਖ ਜੀ, ਮੈਨੂੰ ਇੱਦਾਂ ਲੱਗਦਾ ਕਿ ਸਾਡੇ ਭਾਈ ਪੰਜਾਬੀ ਆਏ, ਭਾਵੇਂ ਉਹ ਹਿਬਰੂ ਬੋਲਦੇ ਸੀ, ਹੁਣ ਸਾਡੇ ਨਾਲ ਜਦੋਂ ਕਲਾਮ ਸਾਡੇ ਤੱਕ ਪਹੁੰਚ ਰਿਹਾ ਹੈ ਅਤੇ ਸੰਤ ਪੌਲੁਸ ਨੂੰ ਅਸੀਂ ਯਾਦ ਕਰਦੇ ਹਾਂ, ਅਤੇ ਸਾਨੂੰ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਜਿੱਦਾਂ ਭਾਈ ਗੁਰਮੁਖ ਜੀ ਉਹ ਸਾਡੇ ਵਿੱਚੋਂ ਹੀ ਸਨ, ਕਿਉਂਕਿ ਪ੍ਰਭੂ ਨੂੰ ਜੋ ਪਿਆਰ ਕਰਦੇ ਹਨ ਉਹ ਇੱਕ ਦੂਸਰੇ ਦੇ ਭਾਈ ਅਤੇ ਭੈਣ ਬਣ ਜਾਂਦੇ ਨੇ। ਔਰ ਜਦ ਅਸੀਂ ਪੰਜਾਬੀ ਵਿੱਚ ਜਿਹੜੇ ਭਾਈ ਉਰਦੂ ਦੇ ਵਿੱਚ ਕਲਾਮ ਪੜ੍ਹਦੇ ਨੇ ਉਹਨਾਂ ਦਾ ਵੀ ਦਿਲ ਇੱਥੇ ਚਲਾ ਜਾਂਦਾ ਹੈ ਕਿ ਇਹ ਕਲਾਮ ਲਿਖਣ ਵਾਲਾ, ਦੱਸਣ ਵਾਲਾ ਸਾਡੇ
ਸਾਡੇ ਆਪਣੇ ਵਿੱਚੋਂ ਹੀ ਆ, ਪਰ ਇਹ ਕਲਾਮ ਪ੍ਰਭੂ ਦਾ ਹੈ। ਯੈਸ, ਪ੍ਰਭੂ ਜੋ ਮਹਾਨ ਹੈ, ਸਰਵ ਸ਼ਕਤੀਮਾਨ ਹੈ, ਉਹ ਰਾਜਿਆਂ ਦਾ ਰਾਜਾ ਹੈ, ਉਹ ਮਹਾਰਾਜ ਹੈ, ਸਾਡੇ ਵਾਸਤੇ ਇਸ ਲਈ ਧਰਤੀ 'ਤੇ ਆਏ ਕਿ ਅਸੀਂ ਉਸ ਦੀ ਮਹਿਮਾ ਜੋ ਪਰਮੇਸ਼ਵਰ ਨੇ ਉਹਨਾਂ ਦੇ ਦੁਆਰਾ ਸਾਨੂੰ ਦਿੱਤੀ ਹੈ, ਉਸ ਨੂੰ ਅਸੀਂ ਇੱਕ ਦੂਸਰੇ ਤੱਕ ਪਹੁੰਚਾਈਏ। ਪ੍ਰਭੂ ਦਾ ਵਚਨ ਜੋ ਸਾਡੇ ਤੱਕ ਪਹੁੰਚਿਆ ਅੱਜ, ਉਸ ਵਿੱਚ ਪਰਮੇਸ਼ਵਰ ਦੀ ਸ਼ਕਤੀ ਦੀ ਗੱਲ ਕੀਤੀ ਗਈ ਹੈ ਕਿ ਪਰਮੇਸ਼ਵਰ ਦਾ ਵਚਨ ਜਿਹੜਾ ਹੈ ਸਮਰੱਥਾ ਦੇ ਨਾਲ, ਅਤੇ ਮੈਂ ਸ਼ਕਤੀ ਦੇ ਨਾਲ, ਅਤੇ ਮੈਂ ਕੋਈ ਆਪਣੀ ਸਮਝ ਦੇ ਨਾਲ ਨਹੀਂ ਸੁਣਾ ਰਿਹਾ, ਬਲਕਿ ਪਰਮੇਸ਼ਵਰ ਨੇ ਜੋ ਮੈਨੂੰ ਸ਼ਕਤੀ ਦਿੱਤੀ ਹੈ ਉਸ ਨੂੰ ਮੈਂ ਤੁਹਾਡੇ ਅੱਗੇ ਪ੍ਰਗਟ ਕਰ ਰਿਹਾ ਹਾਂ। ਵਰਡ ਆਫ ਗਾਡ ਡੈਮੋਸਟ੍ਰੇਟ ਦ ਪਾਵਰ ਆਫ ਗਾਡ, ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦੀ ਸਮਰੱਥ ਨੂੰ ਪ੍ਰਤੱਖ ਕਰਕੇ ਦੱਸਦਾ ਹੈ। ਪਰਮੇਸ਼ਵਰ ਦਾ ਵਚਨ ਬੋਲਿਆ ਜਾਂਦਾ ਹੈ ਔਰ ਚੀਜ਼ਾਂ ਪੈਦਾ ਹੋ ਜਾਂਦੀਆਂ ਹਨ ਔਰ ਬਿਮਾਰ ਠੀਕ ਹੋ ਜਾਂਦੇ ਹਨ। ਪਰਮੇਸ਼ਵਰ ਦਾ ਵਚਨ ਜਦੋਂ ਦਿਲਾਂ ਵਿੱਚ ਜਾਂਦਾ ਹੈ ਤੇ ਜ਼ਿੰਦਗੀ ਬਦਲ ਦਿੱਤੀ ਜਾਂਦੀ ਹੈ। ਤੁਸੀਂ ਪਹਿਲਾਂ ਗੀਤ ਗਾਇਆ ਸੀ, ਤੋਬਾ ਲੈ ਕਰ ਲੈ ਬੰਦਿਆ, ਤੋਬਾ ਤੋਂ ਭਾਵ ਹੀ ਇਹ ਹੈ ਕਿ ਮੈਂ ਪ੍ਰਭੂ ਜੀ ਤੇਰੇ ਅੱਗੇ ਝੁਕਦਾ ਹਾਂ ਔਰ ਮੈਂ ਇਕਰਾਰ ਕਰਦਾ ਹਾਂ ਕਿ ਤੇਰੇ ਤੋਂ ਬਗੈਰ ਤਾਂ ਮੈਂ ਪ੍ਰਭੂ ਜੀ ਤੇਰੇ ਕੋਲ ਆ ਨਹੀਂ ਸਕਦਾ। ਮੈਂ ਗੁਨਾਹਗਾਰ ਹਾਂ, ਮੈਂ ਪਾਪੀ ਹਾਂ, ਮੈਂ ਦੋਸ਼ੀ ਹਾਂ, ਮੇਰੇ ਅੰਦਰ ਪਾਪ ਲਗਾਤਾਰ ਬਣਿਆ ਰਹਿੰਦਾ ਹੈ, ਪਰ ਪਿਤਾ ਪਰਮੇਸ਼ਵਰ ਜੀ ਤੁਸੀਂ ਆਪਣੇ ਬੇਟੇ ਨੂੰ ਇਸ ਲਈ ਭੇਜਿਆ ਕਿ ਜੋ ਵੀ ਉਹਦੇ ਉੱਤੇ ਵਿਸ਼ਵਾਸ ਕਰਨ ਉਹ ਹਮੇਸ਼ਾ ਦੀ ਜ਼ਿੰਦਗੀ ਪਾ ਲੈਣ, ਪਾਪਾਂ ਤੋਂ ਆਜ਼ਾਦ ਹੋ ਜਾਣ, ਉਹ ਮੁਕਤੀ ਪਾ ਲੈਣ। ਔਰ ਖੁਦਾਵੰਦ ਦਾ ਇਹ ਜੋ ਤਜ਼ਰਬਾ ਹੈ, ਮੈਂ ਆਪਣੇ ਜਾਤੀ ਤੌਰ 'ਤੇ ਜੋ ਮੈਂ ਯਕੀਨ ਕਰਦਾ, ਜੋ ਸਮਰੱਥਾ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਸ ਦੇ ਮੁਤਾਬਕ ਵਚਨ ਤੁਹਾਡੇ ਤੱਕ ਭੇਜ ਰਿਹਾ ਹਾਂ। ਜੋ ਵਚਨ ਸੱਚਾ ਹੈ ਔਰ ਪੱਕਾ ਹੈ ਔਰ ਖੁਦਾਵੰਦੀ ਸਾਨੂੰ ਆਪਣੀ ਭਾਸ਼ਾ ਦੇ ਵਿੱਚ ਦੱਸਿਆ ਹੈ ਕਿ ਐਕਸਪੀਰੀਅੰਸ ਦੇ ਨਾਲ, ਤਜ਼ਰਬੇ ਦੇ ਨਾਲ ਜੋ ਸ਼ਕਤੀ ਪ੍ਰਭੂ ਤੋਂ ਅਸੀਂ ਹਾਸਲ ਕੀਤੀ ਹੈ ਉਹ ਇਹ ਹੈ ਕਿ ਪਰਮੇਸ਼ਰ ਹੀ ਮਹਾਨ ਹੈ, ਉਹੀ ਸਰਵ ਸ਼ਕਤੀਮਾਨ ਹੈ, ਉਹ ਆਪਣੇ ਲੋਕਾਂ ਨੂੰ ਜਿਨ੍ਹਾਂ ਨੂੰ ਬੁਲਾਉਂਦਾ ਹੈ ਉਹਨਾਂ ਨੂੰ ਸਮਰੱਥ ਦਿੰਦਾ ਹੈ, ਕਿਸੇ ਸਮਝ ਦੇ ਨਾਲ ਨਹੀਂ ਬਲਕਿ ਪਰਮੇਸ਼ਰ ਦੀ ਸਮਝ, ਕਿਉਂਕਿ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਜੀਸਸ ਕ੍ਰਾਈਸਟ ਇਜ਼ ਦ ਵਿਜ਼ਡਮ ਆਫ ਗਾਡ, ਪ੍ਰਭੂ ਯੇਸੂ ਮਸੀਹ ਪਰਮੇਸ਼ਰ ਦੀ ਅਕਲ ਹੈ, ਸਮਝ ਹੈ, ਐਂਡ ਦ ਪਾਵਰ ਆਫ ਗਾਡ, ਖੁਦਾ ਦੀ ਉਹ ਕੁਵਤ ਹੈ। ਉਸ ਪਾਵਰ ਦੇ ਵਸੀਲੇ ਦੇ ਰਾਹੀਂ ਪ੍ਰਭੂ ਯੇਸੂ ਮਸੀਹ ਨੇ ਮੁਰਦਿਆਂ ਨੂੰ ਜ਼ਿੰਦਾ ਕੀਤਾ, ਲੰਗੜਿਆਂ ਨੂੰ ਚੱਲਣ ਦਾ ਹੁਕਮ ਦਿੱਤਾ, ਔਰ ਖੁਦਾਵੰਦ ਦੇ ਲੋਕਾਂ ਨੂੰ ਜੋ ਉਹਦੇ ਕੋਲ ਆਉਂਦੇ ਸਨ ਉਹਨਾਂ ਦੀਆਂ ਅੱਖੀਆਂ ਨੂੰ ਖੋਲ੍ਹ ਦਿੱਤਾ, ਜੋ ਅੱਖੀਆਂ ਤੋਂ ਬਿਮਾਰ ਸਨ ਉਹਨਾਂ ਦੀਆਂ ਅੱਖੀਆਂ ਠੀਕ ਹੋ ਗਈਆਂ, ਅਧਰੰਗੀਆਂ ਨੂੰ ਠੀਕ ਕਰ ਦਿੱਤਾ ਔਰ ਬਹੁਤ ਸਾਰੇ ਕੋੜੀਆਂ ਨੂੰ ਸ਼ੁੱਧ ਕੀਤਾ। ਕਿਉਂ? ਕਿਉਂਕਿ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੋਇਆ ਸੀ ਕਿ ਮਸੀਹ ਜੋ ਆਏਗਾ ਉਹ ਮੁਰਦਿਆਂ ਨੂੰ ਜ਼ਿੰਦਾ ਕਰੇਗਾ, ਉਹ ਬਿਮਾਰਾਂ ਨੂੰ ਠੀਕ ਕਰੇਗਾ, ਉਹ ਲੰਗੜਿਆਂ ਨੂੰ ਚਲਾਏਗਾ ਔਰ ਸਭ ਲੋਕਾਂ ਨੂੰ ਉਹਦੇ ਨਾਂ 'ਤੇ ਖੁਸ਼ਖਬਰੀ ਸੁਣਾਈ ਜਾਏਗੀ ਔਰ ਲੋਕ ਉਸ ਦੀ ਖੁਸ਼ਖਬਰੀ ਦੇ ਉੱਤੇ ਯਕੀਨ ਕਰਨਗੇ। ਅੱਜ ਭਾਵੇਂ ਕਲਾਮ ਸਾਨੂੰ ਪੰਜਾਬੀ 'ਚ ਸਿਖਾਇਆ ਗਿਆ, ਪਰ ਅਸੀਂ ਜਾਣਦੇ ਹਾਂ ਕਿ ਸਾਰੀ ਦੁਨੀਆਂ ਦੇ ਵਿੱਚ ਹਰ ਭਾਸ਼ਾ ਦੇ ਵਿੱਚ ਪ੍ਰਭੂ ਦਾ ਵਚਨ ਸੁਣਾਇਆ ਜਾ ਰਿਹਾ ਹੈ ਔਰ ਲੋਕ, ਬਹੁਤ ਸਾਰੇ ਲੋਕ ਪ੍ਰਭੂ ਦੇ ਵਿੱਚ ਆ ਕੇ ਵਿਸ਼ਵਾਸ ਕਰਕੇ ਉਹਦੀ ਕਲੀਸੀਆ ਦੇ ਵਿੱਚ, ਉਹਦੇ ਚਰਚ ਦੇ ਵਿੱਚ ਰਲਦੇ ਹਨ ਔਰ ਉਹਦੀ ਇੱਕ ਦੁਲਹਨ ਬਣਦੀ ਜਾਂਦੀ ਹੈ ਕਿ ਪ੍ਰਭੂ ਜਦ ਬਦਲਾਂ ਉੱਤੇ ਆਏਗਾ ਤੇ ਸਾਨੂੰ ਆਪਣੇ ਨਾਲ ਲੈ ਕੇ ਜਾਏਗਾ। ਉਹਦਾ ਵਾਅਦਾ ਸੱਚਾ ਹੈ, ਉਹਦਾ ਵਾਅਦਾ ਪੱਕਾ ਹੈ, ਉਸ ਦੇ ਵਾਅਦੇ ਕਦੀ ਮੁਕਰਦੇ ਨਹੀਂ ਹਨ ਬਲਕਿ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਤੱਕ ਲੈ ਜਾਂਦੇ। ਕੀ ਤੁਸੀਂ ਪ੍ਰਭੂ ਦੀ ਸ਼ਕਤੀ ਨੂੰ ਹਾਸਲ ਕਰ ਲਿਆ ਹੈ? ਜਿਹੜੇ ਮਸੀਹੀ ਭੈਣ ਭਾਈ ਹਨ ਉਹਨਾਂ ਨੂੰ ਜ਼ਰੂਰ ਜਦੋਂ ਚਰਚ ਜਾਂਦੇ ਨੇ ਤਾਂ ਜ਼ਰੂਰ ਇਸ ਦੀ ਮੰਗ ਕਰਨੀ ਚਾਹੀਦੀ ਹੈ ਕਿ ਪ੍ਰਭੂ ਜੀ
ਪਿਤਾ ਪਰਮੇਸ਼ਵਰ ਜੀ ਮੈਨੂੰ ਆਪਣਾ ਪਵਿੱਤਰ ਆਤਮਾ ਅਤਾ ਕਰੋ। ਪ੍ਰਭੂ ਦੇ ਕਲਾਮ ਦੇ ਵਿੱਚ ਲਿਖਿਆ ਹੈ ਰਸੂਲਾਂ ਦੇ ਕਰਤੱਵ ਇੱਕ ਭਾਗ ਦੀ 8 ਆਇਤ ਵਿੱਚ ਕਿ ਤੁਸੀਂ ਉੱਪਰ ਤੋਂ ਸ਼ਕਤੀ ਪਾਓਗੇ ਔਰ ਦੁਨੀਆਂ ਦੇ ਬੰਨੇ ਤੱਕ ਗਵਾਹ ਹੋਵੋਗੇ। ਪ੍ਰਭੂ ਦਾ ਵਚਨ ਸੱਚਾ ਹੈ, ਜਿਹੜੇ ਪ੍ਰਭੂ ਦੇ ਉੱਤੇ ਯਕੀਨ ਕਰਦੇ ਨੇ ਉਹ ਆਪਣਾ ਪਿਆਰ ਆਪਣੇ ਕੰਮਾਂ ਰਾਹੀਂ ਵਿਸ਼ਵਾਸ ਦੇ ਨਾਲ ਦਿਖਾਉਂਦੇ ਨੇ, ਉਹ ਮਸੀਹੀ ਪਿਆਰ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਂਦੇ ਨੇ ਅਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਟਲਦੀ ਹੈ ਅਤੇ ਉਹਨਾਂ ਦੇ ਬੋਲਣ ਤੋਂ ਬਗੈਰ ਹੀ ਲੋਕ ਸਮਝ ਜਾਂਦੇ ਨੇ ਇਹ ਮਸੀਹੀ ਭੈਣ ਭਾਈ ਹੈ, ਇਹਦਾ ਦਿਲ ਬਦਲ ਗਿਆ ਹੈ, ਇਸ ਦੇ ਅੰਦਰ ਤਬਦੀਲੀ ਆਈ ਹੈ। ਪਰਮੇਸ਼ਵਰ ਸਾਨੂੰ ਇਹੀ ਚਾਹੁੰਦਾ ਹੈ, ਆਓ ਪਾਪਾਂ ਤੋਂ ਆਪਣੇ ਗੁਨਾਹਾਂ ਦਾ ਇਕਰਾਰ ਕਰਕੇ ਆਪਣੇ ਦਿਲ ਦੇ ਅੰਦਰ ਤਬਦੀਲੀ ਕਰੀਏ। ਇਹ ਕੋਈ ਧਰਮ ਬਦਲਣਾ ਨਹੀਂ ਹੈ, ਇਹ ਕੋਈ ਨਾਮ ਬਦਲਣਾ ਨਹੀਂ ਹੈ। ਮੇਰਾ ਨਾਮ ਪ੍ਰੇਮ ਹੈ ਔਰ ਮੈਂ ਪ੍ਰਭੂ ਦੇ ਪ੍ਰੇਮ ਨੂੰ ਦੱਸਦਾ ਹਾਂ। ਨਾਮ ਜਾਂ ਕਿਸੇ ਵੱਡੀ ਜਾਤ ਦੇ ਵਿੱਚ ਕੁਛ ਨਹੀਂ ਰੱਖਿਆ, ਹਰ ਇੱਕ ਇਨਸਾਨ ਨੇ ਪਰਮੇਸ਼ਵਰ ਦੇ ਨਾਲ ਮਿਲਾਪ ਕਰਨਾ ਹੈ ਅਤੇ ਉਹ ਮਿਲਾਪ ਦੀ ਖੁਸ਼ਖਬਰੀ ਅੱਜ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਇਹ ਜੋ ਖੁਸ਼ਖਬਰੀ ਹੈ, ਇਹ ਮਿਲਾਪ ਦੀ ਖੁਸ਼ਖਬਰੀ ਹੈ, ਇਹ ਤੁਹਾਨੂੰ ਸਮਰੱਥ ਕਰੇਗੀ। ਇਹ ਤੁਹਾਨੂੰ ਇਸ ਤਰ੍ਹਾਂ ਸਮਰੱਥ ਕਰੇਗੀ, ਅਗਰ ਤੁਹਾਨੂੰ ਕੋਈ ਲਲਕਾਰੇ ਵੀ, ਤੁਹਾਨੂੰ ਕੋਈ ਕਹੇ ਕਿ ਨਹੀਂ ਤੂੰ ਇਨਕਾਰ ਕਰ, ਜਿਸ ਦੇ ਅੰਦਰ ਪ੍ਰਭੂ ਦੀ ਸ਼ਕਤੀ ਹੈ ਉਹ ਇਨਕਾਰ ਨਹੀਂ ਕਰੇਗਾ। ਸਭ ਤੋਂ ਪਹਿਲਾਂ ਗੱਲ ਇਹ ਸ਼ਕਤੀ ਮਹਾਨ ਦਾ ਹੈ, ਦੂਸਰਾ ਹੈ ਕਿ ਉਹ ਵਿਟਨੈਸ ਕਰੇਗਾ, ਦੱਸੇਗਾ ਕਿ ਪ੍ਰਭੂ ਯਿਸੂ ਮਸੀਹ ਕੌਣ ਨੇ, ਉਹ ਸ਼ਬਦ ਨੇ ਜੋ ਦੇਹਧਾਰੀ ਹੋ ਕੇ ਇਸ ਧਰਤੀ ਦੇ ਉੱਤੇ ਆਏ, ਜਿਸ ਦਾ ਨਬੀਆਂ ਦੇ ਦੁਆਰਾ ਅਗਮ ਵਾਕ ਕੀਤਾ ਗਿਆ ਸੀ ਕਿ ਮਸੀਹ ਬੈਤਲਹਮ ਦੀ ਧਰਤੀ ਦੇ ਉੱਤੇ ਮੁਕੱਦਸਾ ਮਰੀਅਮ ਕੁਆਰੀ ਮਰੀਅਮ ਤੋਂ ਪੈਦਾ ਹੋਣਗੇ ਔਰ ਉਹ ਸਲੀਬ ਦੇ ਉੱਤੇ ਉਹ ਆਪਣੀ ਜਾਨ ਸਾਡੇ ਵਾਸਤੇ ਦੇਣਗੇ ਤਾਂ ਕਿ ਸਾਡਾ ਕਫਾਰਾ, ਸਾਡਾ ਮੁੱਲ ਯਿਸੂ ਮਸੀਹ ਦੇ ਖੂਨ ਦੇ ਨਾਲ ਭਰ ਦਿੱਤਾ ਜਾਏ ਔਰ ਅਸੀਂ ਆਜ਼ਾਦ ਹੋ ਜਾਈਏ। ਹਾਲੇਲੂਯਾ, ਜਿਹੜੇ ਯਿਸੂ ਮਸੀਹ ਵਿੱਚ ਹਨ ਉਹ ਆਜ਼ਾਦ ਕੀਤੇ ਗਏ ਹਨ। ਕਿਹਦੇ ਤੋਂ? ਸ਼ੈਤਾਨ ਤੋਂ। ਅਸੀਂ ਦੇਖਦੇ ਹਾਂ ਖੁਦਾਵੰਦ ਦਾ ਸਾਨੂੰ ਵਚਨ ਜੋ ਹੈ ਲੂਕਾ ਦੀ ਅੰਜੀਲ ਦੇ ਵਿੱਚ ਪ੍ਰਭੂ ਦੱਸਦੇ ਨੇ, ਪੜ੍ਹੀਏ ਭਾਈ ਸਾਹਿਬ। ਪ੍ਰਭੂ ਦਾ ਸ਼ੁਕਰ ਕਰਦੇ ਹਾਂ, ਸਾਡੇ ਕੋਲ ਕਲਾਮ ਜਿਹੜਾ ਹੈ ਉਹ ਪ੍ਰਭੂ ਨੇ ਦਿੱਤਾ ਹੈ, ਜੋ ਬਰਕਰਾਰ ਹੈ ਸਾਡੇ ਕੋਲ ਹੈ। ਲੂਕਾ ਦੀ ਅੰਜੀਲ ਉਹਦਾ 4 ਚੈਪਟਰ ਜੀ 16 ਤੋਂ ਲਾ ਕੇ 22 ਤੱਕ ਆਪਾਂ ਪੜ੍ਹਦੇ ਹਾਂ ਜੀ। ਪਵਿੱਤਰ ਬਾਈਬਲ ਵਿੱਚ ਇਸ ਤਰ੍ਹਾਂ ਲਿਖਿਆ ਹੈ, ਫਿਰ ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ। ਇੱਥੇ ਰੁਕੀਏ ਥੋੜ੍ਹਾ। ਪ੍ਰਭੂ ਯਿਸੂ ਮਸੀਹ ਨਾਸਰਤ ਦੇ ਵਿੱਚ ਪਲੇ ਔਰ ਉੱਥੇ ਮੈਨੂੰ ਵੀ ਮੌਕਾ ਮਿਲਿਆ ਕਿ ਮੈਂ ਨਾਸਰਤ ਵਿੱਚ ਜਾ ਕੇ ਉਹ ਜਗ੍ਹਾ ਦੇਖਾਂ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਇਹ ਜੋ ਵਾਕਿਤ ਲਿਖਿਆ ਹੈ ਇਹ ਪੂਰਾ ਹੋਇਆ। ਔਰ ਪ੍ਰਭੂ ਦਾ ਸ਼ੁਕਰ ਕਰਦੇ ਹਾਂ ਕਿ ਅੱਜ ਤੱਕ ਮਸੀਹੀ ਭੈਣ ਭਾਈਆਂ ਨੇ ਉਹ ਜਗ੍ਹਾ ਜਿਹੜੀਆਂ ਹਨ ਸੰਭਾਲ ਕੇ ਰੱਖੀਆਂ ਹੋਈਆਂ ਹਨ। ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਯਿਸੂ ਮਸੀਹ ਇੰਡੀਆ ਗਏ ਸੀ ਜੀ, ਉੱਥੇ ਜਾ ਕੇ ਪਹਾੜਾਂ ਦੇ ਵਿੱਚ ਜਾ ਕਿਤੇ ਜਾ ਕੇ ਉਹ ਉਹਨਾਂ ਨੇ ਭਗਤੀ ਕੀਤੀ ਤਾਂ ਫਿਰ ਆਏ। ਪ੍ਰਭੂ ਦਾ ਵਚਨ ਸੱਚਾ ਅਤੇ ਪੱਕਾ ਹੈ ਕਿ ਉਹ ਨਾਸਰਤ ਵਿੱਚ ਰਹੇ ਪਲੇ ਔਰ ਉਹਨਾਂ ਦਾ ਇਹ ਹਸਬਨਾਮਾ ਉਸ ਜਗ੍ਹਾ ਦੇ ਉੱਤੇ ਮਿਲਦਾ ਹੈ ਜੋ ਅੱਜ ਵੀ ਬਰਕਰਾਰ ਹੈ। ਦੁਨੀਆ ਬਹੁਤ ਸਾਰੀਆਂ ਸਟੋਰੀਆਂ ਕਹਾਣੀਆਂ ਤੁਹਾਨੂੰ ਇੰਟਰਨੈਟ ਦੇ ਉੱਤੇ ਆਪਣੇ ਯੂਟਿਊਬ ਦੇ ਉੱਤੇ, ਉਹ ਤਾਂ ਆਪਣੇ ਪੈਸੇ ਬਣਾਉਂਦੇ ਨੇ, ਉਹਨਾਂ ਦੇ ਯੂਟਿਊਬ ਚੱਲਦੇ ਨੇ, ਉਹਨਾਂ ਨੂੰ ਪੈਸੇ ਮਿਲਦੇ ਨੇ ਔਰ ਉਹ ਕਿਸੇ ਵੀ ਤਰ੍ਹਾਂ ਦੀ ਸਟੋਰੀ ਨੂੰ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਦੇ ਨੇ, ਪਰ ਇੱਕ ਦਿਨ ਉਹਨਾਂ ਦਾ ਹਿਸਾਬ ਕੀਤਾ ਜਾਏਗਾ ਕਿ ਗਲਤ ਗੱਲ ਨੂੰ ਫੈਲਾਉਣ ਦੇ ਵਾਸਤੇ ਉਹਨਾਂ ਦੇ ਉੱਤੇ ਇਲਜ਼ਾਮ ਜਿਹੜਾ ਲਗਾਇਆ ਜਾਏਗਾ, ਉਹਨਾਂ ਦੇ ਅੱਗੇ ਕਿਤਾਬ ਖੁੱਲ੍ਹੀ ਜਾਏਗੀ ਕਿ ਤੂੰ ਪਰਮੇਸ਼ਵਰ ਦੇ ਬੇਟੇ ਖੁਦਾਵੰਦ ਨੇ ਭੇਜੇ ਹੋਏ ਨੂੰ ਕਿਸ ਤਰ੍ਹਾਂ ਤੂੰ ਗਲਤ ਕਰਕੇ ਸਾਬਤ ਕੀਤਾ। ਕਈ ਲੋਕ ਕਹਿੰਦੇ ਨੇ ਪਰਮੇਸ਼ਵਰ ਹੈ ਹੀ ਨਹੀਂ। ਮੇਰਾ ਇਹ ਕਹਿਣਾ ਹੈ ਕਿ ਉਹਨਾਂ ਦੀਆਂ ਅੱਖੀਆਂ ਬੰਦ ਨੇ, ਸਿਰਫ ਔਰ ਸਿਰਫ ਯਿਸੂ ਮਸੀਹ ਦੀ ਸ਼ਕਤੀ ਉਹਨਾਂ ਦੀਆਂ ਅੱਖੀਆਂ ਨੂੰ ਖੋਲ੍ਹ ਸਕਦੀ ਹੈ ਔਰ ਉਹਨਾਂ ਦੇ ਦਿਮਾਗ ਜਿਹੜੇ ਉਹ ਬੰਦ ਨੇ ਇਸ ਗੱਲ ਤੋਂ ਕਿ ਸਮਝਣ ਪਰਮੇਸ਼ਵਰ ਦੀ ਸਮਝ ਜੋ ਹੈ ਉਹ ਰੂਹਾਨੀ ਹੈ।
ਉਹ ਐਸੀ ਅਕਲ ਦਿੰਦੀ ਹੈ ਕਿ ਸਾਨੂੰ ਤੋਬਾ ਤੱਕ ਪਹੁੰਚਾ ਦਿੰਦੀ ਹੈ ਔਰ ਖੁਦਾਵੰਦ ਵਿੱਚ ਸਾਨੂੰ ਆਪਣੇ ਬੇਟੇ ਤੇ ਬੇਟੀਆਂ ਬਣਾ ਦਿੰਦਾ ਹੈ। ਪ੍ਰਭੂ ਦੇ ਵਚਨ ਦੇ ਵਿੱਚ ਯੋਹੰਨਾ ਦੇ ਖੱਤ ਵਿੱਚ ਲਿਖਿਆ ਕਿ ਵੇਖੋ ਪਿਤਾ ਨੇ ਸਾਡੇ ਨਾਲ ਕਿਹੋ ਜਿਹਾ ਪਿਆਰ ਕੀਤਾ ਕਿ ਉਹਨੇ ਸਾਨੂੰ ਆਪਣੇ ਪੁੱਤਰ ਤੇ ਧੀਆਂ ਬਣਾ ਲਿਆ। ਅਸੀਂ ਜਾਣਦੇ ਹਾਂ ਕਿ ਅਸੀਂ ਉਹਦੇ ਵਿੱਚ ਕੀ ਕੁਝ ਹੋਵਾਂਗੇ, ਪਰ ਹਾਲੇ ਪ੍ਰਗਟ ਨਹੀਂ ਹੋਇਆ ਕਿ ਕੀ ਕੁਝ ਹੋਵਾਂਗੇ, ਪਰ ਅਸੀਂ ਇਹ ਜਾਣਦੇ ਹਾਂ ਕਿ ਜਦ ਯਿਸੂ ਮਸੀਹ ਜੀ ਆਉਣਗੇ ਅਸੀਂ ਉਹਦੇ ਵਰਗੇ ਹੋਵਾਂਗੇ। ਹਾਲੇਲੂਇਆ, ਉਹਦੇ ਨਾਂ ਦੀ ਮਹਿਮਾ ਹੋਵੇ, ਉਹਦੇ ਨਾਂ ਦੀ ਤਾਰੀਫ ਹੋਵੇ। ਵੱਡੇ ਵਾਅਦਿਆਂ ਦੇ ਨਾਲ ਖੁਦਾਵੰਦ ਨੇ ਸਾਨੂੰ ਸ਼ਕਤੀ ਦੇ ਨਾਲ, ਅਕਲ ਦੇ ਨਾਲ, ਸਮਝ ਦੇ ਨਾਲ ਸਾਨੂੰ ਸਿਖਾਇਆ ਹੈ ਕਿ ਪਰਮੇਸ਼ੁਰ ਦੇਹਧਾਰੀ ਹੋ ਕੇ ਇਸ ਧਰਤੀ 'ਤੇ ਆਇਆ ਜਿਸ ਦਾ ਨਾਮ ਯਿਸੂ ਰੱਖਿਆ ਗਿਆ ਔਰ ਕਲਾਮ ਦੇ ਮੁਤਾਬਕ ਰੱਖਿਆ ਗਿਆ ਜਿਸ ਦਾ ਮਤਲਬ ਹੈ ਉਹ ਸਾਨੂੰ ਬਚਾਉਂਦਾ ਹੈ। ਆਮੀਨ। ਉਹ ਬਚਾਉਣ ਵਾਲਾ ਹੀ ਨਹੀਂ, ਉਹ ਯਿਸੂ ਦਾ ਮਤਲਬ ਹੈ ਸਾਨੂੰ ਬਚਾਉਂਦਾ ਹੈ, ਉਹ ਬਚਾਉਂਦਾ ਹੈ, ਹਰ ਰੋਜ਼ ਸਾਨੂੰ ਆਪਣੇ ਵਿੱਚ ਕਾਇਮ ਰੱਖਦਾ ਹੈ। ਜਦੋਂ ਅਸੀਂ ਉਸਦੀ ਰੂਹਾਨੀ ਰੋਟੀ ਵਿੱਚ ਸ਼ਾਮਿਲ ਹੁੰਦੇ ਹਾਂ ਅਤੇ ਇਹ ਕਹਿੰਦੇ ਹਾਂ ਕਿ ਉਸਦੀ ਮੌਤ ਦੇ ਯਾਦਗਾਰੀ ਨੂੰ ਕਰਦੇ ਹਾਂ ਔਰ ਇਹ ਵੀ ਵਿਸ਼ਵਾਸ ਕਰਦੇ ਹਾਂ ਕਿ ਜੋ ਸਲੀਬ ਦਿੱਤਾ ਹੋਇਆ ਮਸੀਹ ਸਾਡੇ ਵਾਸਤੇ ਮਸਲੂਬ ਹੋਇਆ, ਸਾਡਾ ਉਹਨੇ ਦੁੱਖ ਪਲ ਦਿੱਤਾ, ਉਹਨੇ ਸਾਡਾ ਮੁੱਲ ਭਰ ਦਿੱਤਾ, ਉਹਨੇ ਸਾਡਾ ਕਫਾਰਾ ਦੇ ਦਿੱਤਾ, ਸਾਰੀਆਂ ਬਲੀਆਂ ਤੋਂ ਸਾਨੂੰ ਆਜ਼ਾਦ ਕਰ ਦਿੱਤਾ। ਹੁਣ ਅਸੀਂ ਪ੍ਰਭੂ ਦੇ ਅੱਗੇ ਆਪਣੀ ਸ਼ੁਕਰਗੁਜ਼ਾਰੀ ਦੀ ਬਲੀ ਜਿਹੜੀ ਉਹ ਭੇਟ ਚੜਾਉਂਦੇ ਹਾਂ। ਭਾਈ ਸਾਹਿਬ, ਭੈਣ ਜੀ ਜਦੋਂ ਗਾਉਂਦੇ ਨੇ ਇਹ ਸਾਡੀ ਰੂਹਾਨੀ ਸ਼ੁਕਰਗੁਜ਼ਾਰੀ ਦੀ ਭੇਟ ਹੈ। ਇਹ ਪ੍ਰਭੂ ਨੂੰ ਇਹੀ ਪਸੰਦ ਹੈ ਕਿ ਅਸੀਂ ਉਹਦੀ ਮਹਿਮਾ ਦੇ ਗੁਣ ਗਾਈਏ, ਅਸੀਂ ਉਹਦੀ ਤਾਰੀਫ ਕਰੀਏ, ਉਹਦੀ ਵਡਿਆਈ ਕਰੀਏ, ਤਾਂ ਕਿ ਉਹਦੇ ਫਰਿਸ਼ਤੇ ਸਾਡੀ ਕੀਤੀ ਹੋਈ ਵਡਿਆਈ ਇਸ ਧਰਤੀ ਦੇ ਉੱਤੇ ਸੁਣ ਕੇ ਪਰਮੇਸ਼ੁਰ ਪਿਤਾ ਦੇ ਕੋਲ ਪਹੁੰਚਾ ਦੇਣ ਕਿ ਧਰਤੀ ਉੱਤੇ ਅਸੀਂ ਕਿੰਨੀ ਬੰਦਗੀ ਉਹਦੀ ਕੀਤੀ ਹੈ। ਭੈਣੋ ਅਤੇ ਭਾਈਓ, ਅਗਰ ਤੁਸੀਂ ਪ੍ਰਭੂ ਨੂੰ ਪਾਇਆ ਹੈ ਤਾਂ ਪ੍ਰਭੂ ਦੀ ਸਿੱਖਿਆ ਨੂੰ ਵੀ ਪਾਓ। ਪ੍ਰਭੂ ਦੇ ਚੇਲਿਆਂ ਨੇ ਕਿਹਾ ਪ੍ਰਭੂ ਜੀ ਸਾਨੂੰ ਦੁਆ ਕਰਨੀ ਸਿਖਾਓ, ਅਤੇ ਉਹਨਾਂ ਨੇ, ਅਸੀਂ ਜਾਣਦੇ ਹਾਂ ਕਿ ਪ੍ਰਭੂ ਨੇ ਦੁਆ ਕਰਨੀ ਸਿਖਾਈ, ਇਹ ਹਮਾਰੇ ਬਾਪ ਤੂੰ ਜੋ ਅਸਮਾਨ ਪਰ ਹੈ। ਬਹੁਤ ਸਾਰੇ ਭੈਣ ਭਾਈ ਜਿਹੜੇ ਨੇ ਇਸ ਦੁਆ ਨੂੰ ਕਰਦੇ ਨੇ, ਬਹੁਤ ਅੱਛੀ ਗੱਲ ਹੈ ਕਿਉਂਕਿ ਇਸ ਦੁਆ ਨੂੰ ਕਰਨਾ ਯਿਸੂ ਮਸੀਹ ਦੀ ਸਿੱਖਿਆ ਦਾ ਸ਼ੁਰੂਆਤ ਕਰਨਾ ਹੈ ਔਰ ਹਰ ਐਤਵਾਰ ਨੂੰ ਕਰਨਾ ਅੱਛੀ ਗੱਲ ਹੈ ਕਿ ਕਲੀਸਿਆ ਦੇ ਨਾਲ ਮਿਲ ਕੇ ਕਰਨਾ ਹੈ। ਫਿਰ ਪਾਦਰੀ ਸਾਹਿਬ ਕਹਿੰਦੇ ਨੇ ਕਿ ਮਸੀਹ ਯਿਸੂ ਵਿੱਚ ਮੇਰੇ ਅਤੇ ਤੁਹਾਡੇ ਗੁਨਾਹ ਜਿਹੜੇ ਮਾਫ਼ ਹੋਏ, ਸਾਨੂੰ ਮਾਫ਼ੀ ਮਿਲਦੀ ਆ, ਅਸੀਂ ਅਬਾਈਡ ਇਨ ਕ੍ਰਾਈਸਟ ਬਣ ਰਹਿੰਦੇ ਹਾਂ। ਜਦ ਅਸੀਂ ਆਪਣਾ ਅਕੀਦਾ ਯਾਦ ਕਰਦੇ ਹਾਂ, ਮੈਂ ਮੰਨਦਾ ਹਾਂ ਇੱਕ ਖੁਦਾ ਬਾਪ ਨੂੰ ਜੋ ਕਲੀਸਿਆਵਾਂ ਕਰਦੀਆਂ ਨੇ, ਅਗਰ ਤੁਸੀਂ ਨਵੇਂ ਮਸੀਹੀ ਹੋ, ਕਮ ਸੇ ਕਮ ਤੁਸੀਂ ਇਹ ਦੁਆ ਜੋ ਪ੍ਰਭੂ ਨੇ ਸਿਖਾਈ ਹੈ ਇਸ ਨੂੰ ਜ਼ਰੂਰ ਕਰਿਆ ਕਰੋ, ਯਾਦ ਕਰਿਆ ਕਰੋ ਔਰ ਪ੍ਰਭੂ ਦਾ ਅਕੀਦਾ ਜੋ ਹੈ, ਜੋ ਇੰਗਲਿਸ਼ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ, ਪੰਜਾਬੀ ਵਿੱਚ ਤੁਸੀਂ ਲੈ ਸਕਦੇ ਹੋ, ਮੈਂ ਮੰਨਦਾ ਹਾਂ ਇਹ ਖੁਦਾ ਬਾਪ ਨੂੰ, ਐਕਸਕਿਊਜ਼ ਮੀ, ਪ੍ਰਭੂ ਦਾ ਸ਼ਬਦ ਜੋ ਹੈ ਉਹ ਸਾਡੇ ਦਿਲ ਦੇ ਅੰਦਰ ਜਦੋਂ ਵਸ ਜਾਏਗਾ ਅਸੀਂ ਤਕੜੇ ਹੋਵਾਂਗੇ, ਅਸੀਂ ਸ਼ਕਤੀ ਪਾਵਾਂਗੇ ਔਰ ਆਪਣੇ ਅਕੀਦੇ 'ਤੇ ਬਣੇ ਰਹਾਂਗੇ। ਜੋ ਸਾਡਾ ਅਕੀਦਾ ਹੈ, ਅਗਰ ਤੁਹਾਨੂੰ ਕੋਈ ਯਿਸੂ ਮਸੀਹ ਬਾਰੇ ਪੁੱਛਦਾ ਹੈ ਤਾਂ ਉਸਨੂੰ ਅਕੀਦਾ ਸੁਣਾਓ ਕਿ ਅਸੀਂ ਕੀ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਮਸੀਹ ਸਾਡਾ ਕਿਵੇਂ ਪਿਤਾ ਪਰਮੇਸ਼ੁਰ ਦੇ ਨਾਲ ਔਰ ਪਵਿੱਤਰ ਆਤਮਾ ਉਹਦੀ ਸਮਰੱਥ ਕਿਸ ਤਰ੍ਹਾਂ ਉਸਨੇ ਕਲੀਸਿਆ ਨੂੰ ਬਖਸ਼ੀ ਹੈ। ਪਵਿੱਤਰ ਆਤਮਾ ਸਾਨੂੰ ਇਸ ਗੱਲ ਦੇ ਯੋਗ ਬਣਾਉਂਦਾ ਹੈ ਕਿ ਅਸੀਂ ਉਸਦੇ ਨਾਂ ਦੇ ਵਿੱਚ ਹੋ ਕੇ ਆਪਣੀ ਬੰਦਗੀ ਨੂੰ ਕਰਦੇ ਰਹੀਏ। ਇਸੇ ਲਈ ਤਾਂ ਅਸੀਂ ਖੁਦਾ ਬਾਪ, ਖੁਦਾ ਬੇਟਾ, ਖੁਦਾ ਰੂਹ ਕੁਦਸ ਆਖਦੇ ਹਾਂ ਕਿ ਸਾਡਾ ਇੱਕੋ ਪਰਮੇਸ਼ੁਰ ਹੈ, ਉਹ ਸਾਨੂੰ ਸਮਰੱਥ ਦਿੰਦਾ ਹੈ ਪਵਿੱਤਰ ਆਤਮਾ ਦੇ ਵਸੀਲੇ ਦੇ ਰਾਹੀਂ। ਅੱਗੇ ਪੜ੍ਹੀਏ ਜੀ। ਇਸ ਤਰ੍ਹਾਂ ਲਿਖਿਆ ਹੈ ਜੀ, ਫਿਰ ਉਹ ਨਾਸਰਤ ਨੂੰ ਆਇਆ ਜੀ ਜਿੱਥੇ ਪਲਿਆ ਸੀ ਜੀ, ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਜੀ ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ, ਅਤੇ ਜਸਾ ਨਬੀ ਦੀ ਪੋਥੀ ਉਹਨੂੰ ਦਿੱਤੀ ਗਈ, ਅਤੇ ਉਹਨੇ ਪੋਥੀ ਖੋਲ੍ਹ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ
ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ, ਉਸ ਮੈਨੂੰ ਘੱਲਿਆ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਅਤੇ ਕੁਚਲਿਆਂ ਹੋਏ ਨੂੰ ਛੁਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ। ਹਾਲੇਲੂਯਾ। ਅਤੇ ਪੋਥੀ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਔਰ ਸਭਨਾਂ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਸ 'ਤੇ ਲੱਗੀਆਂ ਹੋਈਆਂ ਸਨ। ਤਦ ਉਹ ਉਹਨਾਂ ਨੂੰ ਕਹਿਣ ਲੱਗਾ ਕਿ ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ। ਅਤੇ ਸਭਨਾਂ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਉਹਨਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹਦੇ ਮੂੰਹੋਂ ਨਿਕਲਦੀਆਂ ਸਨ ਹੈਰਾਨ ਹੋ ਕੇ ਕਿਹਾ, ਭਲਾ ਇਹ ਯੂਸਫ ਦਾ ਪੁੱਤਰ ਨਹੀਂ? ਆਮੈਨ। ਪ੍ਰਭੂ ਦਾ ਇਹ ਵਚਨ ਜੋ ਹਜ਼ਾਰਾਂ ਹੀ ਸਾਲ ਪਹਿਲਾਂ ਯਿਸੂ ਮਸੀਹ ਜੀ ਦੇ ਬਾਰੇ ਲਿਖਿਆ ਗਿਆ, ਯਸਾਇਆ ਨਬੀ ਦੀ ਕਿਤਾਬ ਦੇ ਵਿੱਚ ਹੀ ਪ੍ਰਭੂ ਯਿਸੂ ਮਸੀਹ ਦੀ ਪੈਦਾਇਸ਼ ਦੇ ਬਾਰੇ ਕਿ ਸ਼ਬਦ ਦੇ ਤਾਰੀ ਹੋਏਗਾ, ਕੁਆਰੀ ਮੁਕੱਦਸਾ ਮਰੀਅਮ ਤੋਂ ਜਨਮ ਲਏਗਾ ਔਰ ਬੈਤਲਹਮ ਜਗ੍ਹਾ ਦੇ ਉੱਤੇ ਉਹ ਸਥਾਨ ਅੱਜ ਵੀ ਮੌਜੂਦ ਹੈ। ਇਹ ਸਾਰੀਆਂ ਗੱਲਾਂ ਇਸ ਲਈ ਸਾਡੇ ਵਾਸਤੇ ਹਨ ਕਿ ਅਸੀਂ ਉਹਦੇ 'ਤੇ ਪੂਰਾ ਯਕੀਨ ਕਰੀਏ ਕਿ ਪਰਮੇਸ਼ੁਰ ਨੇ ਸਾਡੇ ਵਾਸਤੇ ਇੱਕ ਲੇਲਾ ਭੇਜਿਆ, ਉਹ ਸਾਡੇ ਵਾਸਤੇ ਸਾਡੇ ਗੁਨਾਹਾਂ ਦੇ ਲਈ ਸਾਡਾ ਕਫਾਰਾ ਹੋਇਆ। ਯੋਹਾਨਾ ਨਬੀ ਨੇ ਆਖਿਆ, ਬਿਹੋਲ ਦਾ ਲੈਮ ਆਫ ਗਾਡ, ਵੇਖੋ ਪਰਮੇਸ਼ੁਰ ਦਾ ਮੇਮਨਾ ਜੋ ਸਾਡੇ ਪਾਪਾਂ ਨੂੰ ਚੱਕ ਲੈ ਜਾਂਦਾ ਹੈ। ਤੁਸੀਂ ਆਪਣੇ ਪਾਪਾਂ ਤੋਂ, ਮੈਂ ਆਪਣੇ ਪਾਪਾਂ ਤੋਂ ਵਰੀ ਨਹੀਂ ਸੀ ਹੋ ਸਕਦਾ, ਪਰ ਯਿਸੂ ਮਸੀਹ ਦਾ ਖੂਨ ਜੋ ਵਹਾਇਆ ਗਿਆ, ਜੋ ਸਲੀਬ ਦੀ ਕਥਾ ਹੈ, ਉਹ ਪ੍ਰਭੂ ਦੇ ਜਨਮ ਲੈਣ ਤੋਂ ਪਹਿਲਾਂ, ਦੁਨੀਆਂ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਉਸ ਦਾ ਇੰਤਜ਼ਾਮ ਸਾਡੇ ਵਾਸਤੇ ਕੀਤਾ। ਹਾਲੇਲੂਯਾ। ਖੁਦਾਵੰਦ ਦਾ ਧੰਨਵਾਦ ਕਰੀਏ ਕਿ ਉਸਨੇ ਸਾਡੇ ਗੁਨਾਹਾਂ ਦੇ ਵਾਸਤੇ ਆਪਣੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ, ਸਾਡੇ ਗੁਨਾਹਾਂ ਦੇ ਲਈ ਉਹਨੂੰ ਸਲੀਬ ਦੇ ਉੱਤੇ ਉਹ ਕਫਾਰਾ ਬਣ ਕੇ, ਲੇਲਾ ਬਣ ਕੇ ਸਾਨੂੰ ਪਾਪਾਂ ਤੋਂ ਆਜ਼ਾਦੀ ਮਿਲੀ ਹੈ ਔਰ ਸਾਨੂੰ ਪਾਪਾਂ ਤੋਂ ਮਾਫ਼ੀ ਮਿਲੀ ਹੈ। ਆਈਏ ਇਸ ਦੀ ਕਦਰ ਕਰੀਏ, ਇਸ ਦੀ ਸ਼ਕਤੀ ਨੂੰ ਆਪਣੇ ਦਿਲ ਦੇ ਅੰਦਰ ਹੋਰ ਵਧਾਈਏ। ਕਲਾਮ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਜਾਂ ਸੁਣਦੇ ਹੋ, ਉਸਦੇ ਇੱਕ ਦੋ ਵਰਸਾਂ ਨੂੰ ਆਪਣੇ ਦਿਲ ਦੇ ਅੰਦਰ ਲੈ ਕੇ ਪ੍ਰਭੂ ਦੀ ਸ਼ਕਤੀ ਨੂੰ, ਪ੍ਰਭੂ ਨੂੰ ਕਹੀਏ ਕਿ ਪ੍ਰਭੂ ਜੀ ਮੈਨੂੰ ਇਸ ਗੱਲ ਦੀ ਜ਼ਰੂਰਤ ਹੈ। ਕਲਾਮ ਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖ ਕੇ ਚੀਜ਼ਾਂ ਨੂੰ ਮੰਗਿਆ ਕਰੋ। ਕਲਾਮ ਦੀਆਂ ਗੱਲਾਂ ਨੂੰ ਦਿਲ ਵਿੱਚ ਰੱਖ ਕੇ ਪ੍ਰਭੂ ਦੇ ਕੋਲੋਂ ਆਪਣੀ ਬੁੱਧ ਜਾਂ ਅਕਲ ਮੰਗਿਆ ਕਰੋ। ਖੁਦਾ ਦਾ ਕਲਾਮ ਹੈ ਜੋ ਪੰਜਾਬੀ ਵਿੱਚ ਤੁਸੀਂ ਹਰ ਜਗ੍ਹਾ ਦੇ ਉੱਤੇ ਤੁਸੀਂ ਆਪਣੇ ਮੋਬਾਈਲ ਤੋਂ ਡਾਊਨਲੋਡ ਕਰ ਸਕਦੇ ਹੋ, ਆਪਣੇ ਘਰ ਵਿੱਚ ਇੰਡੀਵਿਜੁਅਲ ਤੌਰ 'ਤੇ ਪੜ੍ਹ ਸਕਦੇ ਹੋ, ਉਰਦੂ ਵਿੱਚ ਲੈ ਸਕਦੇ ਹੋ ਔਰ ਇਸ ਨੂੰ ਪੜ੍ਹਨ ਦੇ ਨਾਲ ਤੁਹਾਡੀ ਜ਼ਿੰਦਗੀ ਦਾ ਫਾਇਦਾ ਹੋਏਗਾ। ਮੇਰੇ ਪਿਆਰੇ ਤੋਂ ਭੈਣ ਭਾਈਓ, ਮੈਂ ਆਪਣੀ ਗਵਾਹੀ ਇਸ ਤਰ੍ਹਾਂ ਦਿੰਦਾ ਹਾਂ ਛੋਟੀ ਜਿਹੀ, ਕਿ ਮੈਂ ਵੀ ਪ੍ਰਭੂ ਦੇ ਵਿੱਚ ਜਦੋਂ ਆਇਆ ਅਤੇ ਪ੍ਰਭੂ ਦੇ ਵਚਨਾਂ ਦੇ ਰਾਹੀਂ, ਪ੍ਰਭੂ ਦੇ ਕੋਲੋਂ ਸੇਵਕਾਂ ਦੇ ਰਾਹੀਂ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਪਾਇਆ ਔਰ ਪ੍ਰਭੂ ਦੀ ਸਾਮਰਥ ਨੂੰ ਅੱਜ ਤੱਕ ਮੈਂ ਉਹਦੇ ਲਈ ਖੜ੍ਹਾ ਹਾਂ। ਉਸਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਜਦ ਵੀ ਮੇਰੇ ਨਾਂ 'ਤੇ ਖੜ੍ਹਾ ਹੋਏਗਾ ਲੋਕ ਬਲੈਸ ਹੋਣਗੇ। ਹਾਲੇਲੂਯਾ। ਪ੍ਰਭੂ ਦੇ ਨਾਂ ਨੂੰ ਜਲਾਲ ਮਿਲੇ, ਪ੍ਰਭੂ ਦੇ ਨਾਂ ਨੂੰ ਮਹਿਮਾ ਮਿਲੇ। ਬਹੁਤ ਸਾਰੇ ਲੋਕ ਅੱਜ ਤੱਕ ਪ੍ਰਭੂ ਦੇ ਵਚਨਾਂ ਨੂੰ ਸੁਣਦੇ ਨੇ ਔਰ ਮੈਨੂੰ ਬੜੀ ਇਸ ਦੀ ਗੱਲ ਦੀ ਖੁਸ਼ੀ ਹੈ ਕਿ ਉਸਨੇ ਮੈਨੂੰ ਬਰਕਰਾਰ ਰੱਖਿਆ ਹੈ ਕਿ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਜਿੱਥੇ ਵੀ ਮੈਨੂੰ ਵਕਤ ਮਿਲੇ ਮੈਂ ਸੁਣਾਵਾਂ, ਮੈਂ ਉਹਦੀਆਂ ਗੱਲਾਂ ਨੂੰ ਦੱਸਾਂ, ਉਹਦੀ ਸ਼ਕਤੀ ਨੂੰ ਪ੍ਰਗਟ ਕਰਾਂ। ਉਸਦੀ ਸ਼ਕਤੀ ਨੂੰ ਪ੍ਰਗਟ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਜਦ ਪ੍ਰਭੂ ਤੁਹਾਡੇ ਦਿਲ ਅੰਦਰ ਬੋਲਦਾ ਹੈ, ਕੁਛ ਕਹਿੰਦਾ ਹੈ ਤੇ ਉਹ ਕਹਿ ਦਿਓ, ਉਹ ਹੋ ਜਾਏਗਾ। ਯਿਸੂ ਮਸੀਹ ਦੀ ਸ਼ਕਤੀ ਇਸ ਤਰ੍ਹਾਂ ਹੈ, ਡੈਮੋਨਸਟ੍ਰੇਟ ਦਾ ਪਾਵਰ ਆਫ ਜੀਸਸ ਕ੍ਰਾਈਸਟ। ਜੇ ਖੁਦਾ ਦਾ ਆਤਮਾ ਤੁਹਾਨੂੰ ਕਹਿ ਰਿਹਾ ਹੈ ਕਿਸੇ ਬਿਮਾਰ ਨੂੰ, ਭਈ ਤੂੰ ਠੀਕ ਹੋ ਜਾਏਗਾ, ਯਿਸੂ ਮਸੀਹ ਦੀ ਉਹ ਵਰਸ ਜੋ ਆਇਤ ਹੈ ਕਲਾਮ ਦੀ, ਉਸਨੇ ਠੀਕ ਕਰਨਾ ਹੈ। ਮੈਂ ਜਾਂ ਤੁਸੀਂ ਠੀਕ ਨਹੀਂ ਕਰਨਾ, ਬਲਕਿ ਖੁਦਾ ਦੀ ਉਹ ਸ਼ਕਤੀ ਨੇ ਠੀਕ ਕਰਨਾ ਹੈ। ਅੰਨਿਆਂ ਨੂੰ ਅੱਖਾਂ ਦੇਣੀਆਂ ਹੈ। ਇੱਕ ਵਾਰੀ ਦੀ ਮੈਂ ਦੱਸਦਾ, ਪਹਿਲਾਂ ਵੀ ਦੱਸੀ ਸੀ, ਇੱਕ ਪਿੰਡ ਦੇ ਵਿੱਚ ਅਸੀਂ ਗਏ,
ਉਸ ਪਿੰਡ ਦੇ ਵਿੱਚ, ਪਿੰਡ ਬੰਮੀਆਂਵਾਲ ਸੀ, ਇੱਕ ਲੇਡੀ ਜਿਹੜੀ ਆ ਉਹ ਬਿਮਾਰ ਸੀ ਔਰ ਕਹਿੰਦੇ ਸੀ ਕਿ ਬਸ ਇਹ ਫਿਨਿਸ਼ ਹੋ ਗਈ ਹੈ। ਅਸੀਂ ਉੱਥੇ ਪ੍ਰੇਜ਼, ਤਾਰੀਫ, ਵਡਿਆਈ ਕਰਨੀ ਸ਼ੁਰੂ ਕਰ ਦਿੱਤੀ ਔਰ ਉਹ ਲੇਡੀ ਜਿਹੜੀ ਉੱਠ ਕੇ ਕਹਿੰਦੀ ਇਹਨਾਂ ਨੂੰ ਚਾਹ ਪਾਣੀ ਪਿਲਾਓ। ਮੈਂ ਆਪਣੀ ਵਾਈਫ ਨੂੰ ਜਦ ਇਹ ਗੱਲ ਦੱਸੀ, ਉਹਨੇ ਕਈ ਦਫ਼ਾ ਸੁਣੀ ਅਤੇ ਬਹੁਤ ਦਫ਼ਾ ਕਹਿ ਦਿੰਦੀ ਸੀ ਕੀ ਪਤਾ ਵੀ ਉਹ ਬਿਮਾਰੀ ਉਹ ਠੀਕ ਹੋ ਗਈ ਹੋਵੇ। ਇਸ ਤਰ੍ਹਾਂ ਕਹਿੰਦੇ ਸੀ ਕਿ ਮੇਰੀ ਭੂਆ ਜਿਹੜੀ ਸੀਗੀ ਉਹ ਇੰਡੀਆ ਤੋਂ ਆ ਕੇ ਇੱਕਦਮ ਇਹ ਗੱਲ ਹਾਲੇ ਮੇਰੀ ਵਾਈਫ ਕਰਦੀ ਸੀ ਅਤੇ ਇੱਕਦਮ ਦਰਵਾਜ਼ਾ ਖਟਕਿਆ ਔਰ ਮੇਰੀ ਭੂਆ ਜਦ ਅੰਦਰ ਆਈ ਤਾਂ ਮੈਂ ਕਿਹਾ ਭੂਆ ਪਹਿਲਾਂ ਤੁਸੀਂ ਮੇਰੀ ਵਾਈਫ ਨੂੰ ਇਹ ਗੱਲ ਦੱਸੋ ਕਿ ਉਹ ਲੇਡੀ ਜਿਹੜੀ ਤੁਹਾਡੇ ਪਿੰਡ ਬੰਬੀਆਂ ਮਰ ਗਈ ਸੀ ਉਹ ਜਿਉਂਦੀ ਨਹੀਂ ਸੀ ਹੋਈ ਯਿਸੂ ਮਸੀਹ ਦੇ ਨਾਂ 'ਤੇ? ਅਤੇ ਉਹਨੇ ਸੱਚ ਦੱਸਿਆ ਕਿ ਨਹੀਂ ਬੇਟਾ ਇਹ ਸੱਚੀ ਗੱਲ ਹੈ, ਯਿਸੂ ਮਸੀਹ ਦੇ ਨਾਂ ਦੇ ਉੱਤੇ ਉਹ ਜਿੰਦਾ ਹੋਈ ਅਤੇ ਉਸੇ ਵੇਲੇ ਉਹਦਾ ਹਸਬੈਂਡ ਜਿਹੜਾ ਆ ਪ੍ਰਭੂ ਦਾ ਸੇਵਕ ਬਣ ਗਿਆ। ਉਹਨੇ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਪਾਇਆ ਔਰ ਖੁਦ ਜਗ੍ਹਾ ਜਗ੍ਹਾ ਜਾ ਕੇ ਪ੍ਰਭੂ ਦੇ ਪਿਆਰ ਨੂੰ ਦੱਸਿਆ। ਇਹ ਗੱਲਾਂ ਲਿਖਤੀ ਤੌਰ 'ਤੇ ਨਹੀਂ ਆ, ਜਾਂ ਕਿਸੇ ਨੇ ਸਾਨੂੰ ਸਿਖਾ ਲਈਆਂ ਨਹੀਂ, ਜਾਂ ਅਸੀਂ ਕੋਈ ਪੈਸਾ ਲੈ ਕੇ ਨਹੀਂ ਕਰਦੇ। ਮੈਂ ਸਾਰੀ ਉਮਰ ਆਪਣੀ ਜ਼ਿੰਦਗੀ ਦੇ ਵਿੱਚ ਆਪ ਕੰਮ ਕੀਤਾ ਹੈ ਔਰ ਖੁਦਾ ਦੇ ਵਚਨ ਨੂੰ ਜੋ ਮੈਨੂੰ ਦਿੱਤਾ ਜਾਂਦਾ ਹੈ ਮੈਂ ਉਹ ਕਹਿੰਦਾ ਹਾਂ ਔਰ ਦੱਸਦਾ ਹਾਂ ਔਰ ਪ੍ਰਭੂ ਨੇ ਜਿੰਨਾ ਚਿਰ ਮੈਨੂੰ ਧਰਤੀ 'ਤੇ ਰੱਖਣਾ ਹੈ ਉਸ ਦੇ ਨਾਂ ਦੀ ਮਹਿਮਾ ਮੈਂ ਆਪਣੇ ਭਾਈਆਂ ਨਾਲ ਰਲ ਕੇ ਕਰਦੇ ਰਹਿਣਾ ਹੈ, ਕਿਉਂਕਿ ਉਸ ਦੀ ਸੇਵਾ ਕਰਨੀ ਸਭ ਤੋਂ ਵੱਡਾ ਕੰਮ ਹੈ। ਸਭ ਤੋਂ ਵੱਡੀ ਸੇਵਾ ਪ੍ਰਭੂ ਨੂੰ ਆਪਣੇ ਦਿਲ ਵਿੱਚ ਲੈ ਕੇ ਆਉਣਾ ਔਰ ਉਸਦੀ ਕਥਾ ਨੂੰ, ਉਸਦੀ ਵਿਥਿਆ ਨੂੰ, ਉਸਦੀ ਕਹਾਣੀ ਨੂੰ, ਉਹ ਆਪਣੀ ਜ਼ਿੰਦਗੀ ਵਿੱਚ ਜੋ ਹੋਇਆ ਉਸ ਨੂੰ ਪ੍ਰਗਟ ਕਰਨਾ। ਡੈਮੋਨਸਟ੍ਰੇਟ ਦਾ ਪਾਵਰ ਆਫ ਜੀਸਸ ਕ੍ਰਾਈਸਟ, ਜੋ ਯਿਸੂ ਮਸੀਹ ਦੇ ਨਾਂ ਨੂੰ ਉੱਚਾ ਕਰਦੇ ਨੇ। ਬਿਲੀ ਗ੍ਰਹਮ ਦੇ ਬਾਰੇ ਕਿਹਾ ਜਾਂਦਾ ਕਿ ਜਦੋਂ ਪ੍ਰਚਾਰ ਕਰਦਾ ਸੀ, ਮੇਰਾ ਬਹੁਤ ਹੀ ਫੇਵਰੇਟ ਇੰਡੀਆ ਦੇ ਵਿੱਚ ਸੀਗਾ ਡਾਕਟਰ ਬਿਲੀ ਗ੍ਰਹਮ, ਜੋ ਹੁਣ ਤੋਂ ਪ੍ਰਭੂ ਕੋਲ ਚਲੇ ਗਏ। ਇੱਕ ਵਾਰੀ ਇੱਕ ਮੈਨੂੰ ਮੈਸੇਜ ਆਇਆ ਕਿ 9 ਜਣਿਆਂ ਨੇ ਆਪਣੀਆਂ ਬੰਦੂਕਾਂ ਲੈ ਕੇ ਬਿਲੀ ਗ੍ਰਹਮ ਨੂੰ ਮਾਰਨਾ ਚਾਹਿਆ ਔਰ ਜਦ ਉਹ ਕਲਾਮ ਦੱਸ ਰਿਹਾ ਸੀਗਾ ਤਾਂ ਉਹਦੀ ਸਮਰੱਥ ਜੋ ਕਲਾਮ ਦੀ ਇੱਦਾਂ ਪ੍ਰਗਟ ਹੋਈ ਕਿ ਉਹਨਾਂ ਵਿੱਚੋਂ 9 ਜਣਿਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰ ਲਿਆ। ਹਾਲੇਲੂਇਆ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਸਮਰੱਥ ਜੋ ਡੈਮੋਨਸਟ੍ਰੇਸ਼ਨ ਹੈ ਕਿ ਖੁਦਾਵੰਦ ਦਾ ਕਲਾਮ ਜਿਹੜਾ, ਭਾਵੇਂ ਕਿੰਨੇ ਪੰਜਾਬ ਦੇ ਵਿੱਚ ਲੋਕ ਜਾਂ ਕਿਤੇ ਵੀ, ਮੈਨੂੰ ਕਈ ਦਫ਼ਾ ਥਰੈਟਾਂ ਆਈਆਂ ਪਰ ਮੈਂ ਕਿਸੇ ਤਰ੍ਹਾਂ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਉਹ ਥਰੈਟ ਮੈਨੂੰ ਨਹੀਂ ਬਲਕਿ ਪਰਮੇਸ਼ੁਰ ਦੇ ਕਲਾਮ ਨੂੰ ਹੁੰਦੀ ਹੈ ਔਰ ਪਰਮੇਸ਼ੁਰ ਦਾ ਕਲਾਮ ਇੰਨਾ ਪਾਵਰਫੁੱਲ ਹੈ ਕਿ ਉਹ ਖੁਦ ਆਪਣੀ ਪਰਵਾਹ ਆਪ ਕਰਦਾ ਹੈ। ਸਾਨੂੰ ਬਾਈਬਲ ਦਾ ਕੋਈ ਪ੍ਰੋਟੈਕਸ਼ਨ ਕਰਨ ਦੀ ਲੋੜ ਨਹੀਂ ਹੈ, ਕਿਸੇ ਤਰ੍ਹਾਂ ਦੀ ਬਹੁਤ ਵੱਡੀ ਕੋਈ ਸਿਕਿਉਰਿਟੀ ਕਰਨ ਦੀ ਲੋੜ ਨਹੀਂ ਹੈ, ਬਲਕਿ ਖੁਦਾਵੰਦ ਦਾ ਵਚਨ ਇੰਨਾ ਪਾਵਰਫੁੱਲ ਹੈ ਕਿ ਉਹ ਖੁਦ ਬਾ ਖੁਦ ਇਸ ਦੀ ਪਰਵਾਹ ਕਰਦਾ ਹੈ। ਪਿਆਰੇ ਭੈਣੋ ਅਤੇ ਭਾਈਓ, ਤੁਹਾਡੀ ਜ਼ਿੰਦਗੀ ਦਾ ਪ੍ਰਭੂ ਯਿਸੂ ਮਸੀਹ ਨੇ ਲੇਖਾ ਦਿੱਤਾ ਹੈ, ਮੇਰੇ ਪਾਪਾਂ ਦਾ ਉਹਨੇ ਹਿਸਾਬ ਕੀਤਾ ਹੈ। ਆਈਏ ਪ੍ਰਭੂ ਦੀ ਸ਼ਕਤੀ ਨੂੰ ਹਾਸਲ ਕਰੀਏ। ਸਿਰਫ ਇੰਨਾ ਹੀ ਕਹਿਣਾ ਹੈ, ਯਿਸੂ ਮਸੀਹ ਜੀ ਮੈਂ ਤੇਰਾ ਬੇਟਾ ਹਾਂ, ਮੈਂ ਭੁੱਲਣਹਾਰ ਹਾਂ, ਮੈਂ ਗੁਨਾਹਗਾਰ ਹਾਂ ਕਿਉਂਕਿ ਬਾਪ ਦਾਦਿਆਂ ਤੋਂ ਗੁਨਾਹ ਦਿਲ ਵਿੱਚ ਰਹਿੰਦਾ ਹੈ, ਮੈਂ ਇਸ ਤੋਂ ਅਣਜਾਣ ਨਹੀਂ ਹਾਂ, ਮੈਂ ਜਾਣਦਾ ਹਾਂ ਗੁਨਾਹਗਾਰ ਹਾਂ ਪਰ ਮੈਂ ਦਿਲੋਂ ਤੈਨੂੰ ਮੁਕਤੀਦਾਤਾ ਆਪਣਾ ਪ੍ਰਭੂ ਇਕਰਾਰ ਕਰਦਾ ਹਾਂ ਕਿ ਤੁਸੀਂ ਮੇਰੇ ਗੁਨਾਹਾਂ ਦੇ ਲਈ ਮਰੇ, ਸਲੀਬ ਦੇ ਉੱਤੇ ਮਰੇ, ਤੁਸੀਂ ਦੱਬੇ ਗਏ, ਤੁਸੀਂ ਜੀ ਉੱਠੇ ਔਰ ਅਸਮਾਨ 'ਤੇ ਚੜ੍ਹ ਗਏ। ਐਕਸਕਿਊਜ਼ ਮੀ, ਪ੍ਰਭੂ ਦੀ ਸੇਵਾ ਕਰਦੇ ਰਹੀਏ, ਪ੍ਰਭੂ ਦੇ ਨਾਂ ਨੂੰ ਫੈਲਾਉਂਦੇ ਰਹੀਏ। ਪ੍ਰਭੂ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ। ਥੋੜ੍ਹਾ ਹਿੱਸਾ ਹੈ। ਯੈਸ ਜੀ, ਪੜ੍ਹ ਦਈਏ। ਉਸਨੇ ਉਹਨਾਂ ਨੂੰ ਆਖਿਆ, ਜੀ ਤੁਸੀਂ ਜ਼ਰੂਰ ਇਹ ਕਹਾਵਤ ਮੇਰੇ ਉੱਤੇ ਕਹੋਗੇ, ਜੀ ਕਿ ਹੇ ਵੈਦ, ਆਪਣੇ ਆਪ ਨੂੰ ਚੰਗਾ ਕਰ, ਜੋ ਕੁਝ ਅਸਾਂ ਕਫਨਾਹੂਮ ਵਿੱਚ ਹੁੰਦਾ ਸੁਣਿਆ ਇੱਥੇ ਆਪਣੇ ਦੇਸ਼ ਵਿੱਚ ਵੀ ਕਰ। ਉਸਨੇ ਕਿਹਾ, ਮੈਂ ਤੁਹਾਨੂੰ ਸੱਤ ਆਖਦਾ ਹਾਂ,
ਭਈ ਕੋਈ ਨਬੀ ਆਪਣੇ ਦੇਸ਼ ਵਿੱਚ ਪ੍ਰਵਾਨ ਨਹੀਂ, ਪਰ ਮੈਂ ਤੁਹਾਨੂੰ ਠੀਕ ਆਖਦਾ ਹਾਂ ਜੋ ਏਲੀਆ ਦੇ ਦਿਨੀ ਜਾਂ 3.5 ਵਰ੍ਹਿਆਂ ਦੀ ਐਡੀ ਔੜ ਲੱਗੀ ਭਈ ਸਾਰੇ ਦੇਸ਼ ਉੱਤੇ ਵੱਡਾ ਕਾਲ ਪਿਆ। ਬਹੁਤ ਸਾਰੀਆਂ ਵਿਧਵਾ ਇਜ਼ਰਾਈਲ ਵਿੱਚ ਸਨ, ਪਰ ਸੈਦਾ ਦੇਸ਼ ਦੇ ਸਾਰਪਥ ਦੀ ਇੱਕ ਵਿਧਵਾ ਤੋਂ ਬਿਨਾਂ ਏਲੀਆ ਉਹਨਾਂ ਵਿੱਚੋਂ ਕਿਸੇ ਹੋਰ ਦੇ ਕੋਲ ਨਹੀਂ ਘੱਲਿਆ ਗਿਆ। ਅਤੇ ਅਲੀਸ਼ਾ ਨਬੀ ਦੇ ਸਮੇਂ ਇਜ਼ਰਾਈਲ ਵਿੱਚ ਬਹੁਤ ਸਾਰੇ ਕੋਹੜੀ ਸਨ, ਪਰ ਉਹਨਾਂ ਵਿੱਚੋਂ ਨਮਾਨ ਸੁਰਿਆਨੀ ਬਿਨਾਂ ਕੋਈ ਸ਼ੁੱਧ ਨਾ ਕੀਤਾ ਗਿਆ। ਆਮੇਨ। ਇਸ ਕਥਾ ਤੋਂ ਇਹੀ ਭਾਵ ਹੈ ਕਿ ਬਹੁਤ ਸਾਰੇ ਲੋਕ ਅੱਜ ਪ੍ਰਭੂ ਦਾ ਵਚਨ ਸੁਣ ਰਹੇ ਨੇ, ਪਰ ਇਹ ਵਚਨ ਅਗਰ ਤੁਹਾਡੇ ਵਾਸਤੇ ਹੈ ਤਾਂ ਤੁਹਾਡੇ ਦਿਲ ਵਿੱਚ ਜਾਏਗਾ। ਬਹੁਤ ਸਾਰੇ ਭੈਣ ਭਾਈ ਸੁਣ ਰਹੇ ਨੇ, ਪਰ ਜਿਨ੍ਹਾਂ ਨੂੰ ਪ੍ਰਭੂ ਨੇ ਬਚਾਉਣਾ ਹੈ, ਜਿਨ੍ਹਾਂ 'ਤੇ ਰਹਿਮ ਕਰਨਾ ਹੈ, ਦਇਆ ਕਰਨੀ ਹੈ, ਉਹਨਾਂ ਦੇ ਦਿਲਾਂ ਦੇ ਵਿੱਚ ਇਹ ਸ਼ਕਤੀ ਜਾਣੀ ਹੈ, ਆਮੇਨ, ਇਹ ਕੁਵਤ ਉਹਨਾਂ ਦੇ ਦਿਲਾਂ ਦੇ ਵਿੱਚ ਜਾਣੀ ਹੈ, ਇਹ ਕਲਾਮ ਉਹਨਾਂ ਦੇ ਦਿਲਾਂ ਵਿੱਚ ਪ੍ਰਭਾਵਿਤ ਹੋਣਾ ਹੈ, ਅਤੇ ਉਸ ਕਲਾਮ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਦੇਣਾ ਹੈ। ਆਮੇਨ। ਹਾਲੇਲੂਇਆ। ਕੀ ਤੁਸੀਂ ਪ੍ਰਭੂ ਨੂੰ ਆਪਣਾ ਮੁਕਤੀਦਾਤਾ ਨਜਾਤ ਦੇਹਿੰਦਾ ਕਬੂਲ ਕੀਤਾ, ਤਦ ਮੇਰੀ ਇਹ ਦੁਆ ਹੈ, ਪਿਤਾ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ, ਜਿਨ੍ਹਾਂ ਨੂੰ ਤੂੰ ਚੁਣਦਾ ਹੈ, ਖੁਦਾਵੰਦ, ਤੂੰ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ, ਤੂੰ ਦਇਆ ਦੇ ਨਾਲ ਭਰਪੂਰ ਕਰਦਾ ਹੈ, ਸਭ ਦੇ ਉੱਤੇ ਤੇਰੀ ਆਸ਼ੀਸ਼ ਅਤੇ ਕਿਰਪਾ ਹੋਵੇ, ਸਭ ਨੂੰ ਤੇਰੀ ਆਸ਼ੀਸ਼ ਬਰਕਤ ਮਿਲੇ, ਯਿਸੂ ਦੇ ਨਾਮ 'ਚ, ਆਮੀਨ। ਆਮੀਨ, ਆਮੀਨ। ਥੈਂਕ ਯੂ ਲੋਰਡ, ਪ੍ਰਾਈਸ ਦੀ ਲੋਰਡ, ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਤਾਰੀਫ ਹੋ, ਪ੍ਰਭੂ ਦੇ ਨਾਮ ਦੀ ਵਡਿਆਈ ਹੋ। ਇਸ ਪ੍ਰੋਗਰਾਮ ਨੂੰ ਐਵਰੀ ਮੰਡੇ ਤੁਸੀਂ 8 ਤੋਂ 9 ਇੰਤਜ਼ਾਰ ਕਰਿਆ ਕਰੋ ਦੇਖਣ ਲਈ। ਹੋਰ ਵੀ ਭੈਣਾਂ ਭਰਾਵਾਂ ਨੂੰ ਦੱਸੋ ਕਿ ਉਹ ਵੀ ਇਹ ਪ੍ਰੋਗਰਾਮ ਦੇਖ ਸਕਣ ਅਤੇ ਉਹ ਵੀ ਆਸ਼ੀਸ਼ ਅਤੇ ਬਰਕਤ ਪਾ ਸਕਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਹਾਂਜੀ, ਮੈਂ ਕਹਿਣਾ ਚਾਹੁੰਦਾ ਸੀ, ਅਗਰ ਤੁਸੀਂ ਇੱਥੇ ਆ ਕੇ ਪ੍ਰਚਾਰ ਕਰਨਾ ਚਾਹੋ ਤੇ ਪੈਸੇ ਦੀ ਇਸ ਤਰ੍ਹਾਂ ਪਰਵਾਹ ਨਾ ਕਰਿਆ ਕਰੋ, ਪ੍ਰਭੂ ਨੇ ਸਾਨੂੰ ਬਹੁਤ ਕੁਛ ਦਿੱਤਾ। ਤੁਸੀਂ ਇੱਕ ਵਾਰੀ ਆਉਣਾ ਤਾਂ ਚਾਹੋ, ਆਈ ਵਿਲ ਪੇ ਫੋਰ ਯੂ। ਤੁਸੀਂ ਆਪਣੀ ਗਵਾਹੀ ਸ਼ੇਅਰ ਕਰਨੀ ਹੈ, ਕਲਾਮ ਸੁਣਾਉਣਾ, ਇੱਕ ਵਾਰੀ ਆ